ਜੀ ਆਇਆਂ ਨੂੰ ਜੀ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ ਹੱਸਦੇ ਰਹੋ, ਵੱਸਦੇ ਰਹੋ, ਖਾਂਦੇ ਰਹੋ, ਜਿਉਂਦੇ ਰਹੋ ਜਨਾਬ। ਸਾਡੇ ਪ੍ਰਾਹੁਣੇ ਆ ਚੁੱਕੇ ਨੇ ਜੀ, ਔਰ ਸਾਡੇ ਪ੍ਰਾਹੁਣੇ ਜਨਾਬ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਉਸਤਾਦ ਸਲਾਮਤ ਅਲੀ ਖਾਨ ਸਾਹਿਬ। ਸਲਾਮ ਅਲੈਕੁਮ ਜੀ। ਵਾਲੇਕੁਮ ਖਾਨ ਸਾਹਿਬ, ਕੀ ਹਾਲ ਹੈ? ਅੱਲਾ ਕਾ ਕਰਮ ਹੈ ਬੇਟੇ, ਆਪ ਠੀਕ ਠਾਕ? ਅਲਹਮਦੁਲਿਲਾ, ਆਪ ਸਭ ਖਾਸ ਫਰੈਂਡਸ ਹੈ। ਅੱਲਾ ਕਾ ਜੀ ਬਿਲਕੁਲ ਠੀਕ ਰਹੇ, ਔਰ ਸਾਥ ਉਨਕੇ ਬੇਟੇ ਮੌਜੂਦ ਹੈ ਜੀ। ਪਰਵੇਜ਼ ਖਾਨ ਸਾਹਿਬ, ਸਲਾਮ ਅਲੈਕੁਮ। ਵਾਲੇ ਸਲਾਮ ਸਰ, ਕੀ ਹਾਲ ਹੈ? ਬਸ ਅੱਲਾ ਕਾ ਸ਼ੁਕਰ ਜੀ, ਆਏ ਨੇ ਜੀ ਸਾਡੇ ਸ਼ੋਅ ਵਿੱਚ ਜੀ। ਥੈਂਕ ਯੂ ਵੈਰੀ ਮਚ, ਸਵੇਰੇ ਸਵੇਰੇ ਬੜੀ ਮਿਹਰਬਾਨੀ ਤੁਹਾਡੀ। ਸ਼ੁਕਰੀਆ। ਔਰ ਇੱਕ ਨਾਲ ਜਨਾਬ ਸਾਡੇ ਤਬਲੇ ਤੇ ਨੇ ਜੀ, ਸਨੀ ਸਾਹਿਬ। ਸਨੀ ਸਾਹਿਬ, ਸਨੀ ਸਾਹਿਬ ਵੀ ਸਾਡੇ ਨਾਲ ਹੋਣਗੇ ਜੀ, ਕਿਉਂਕਿ ਜਦੋਂ ਇਹ ਸੰਤੂਰ ਵੱਜੇਗਾ ਜੀ, ਇਹ ਉਹ ਸਾਜ਼ ਹੈ ਜੀ, ਔਰ ਇਹਦੇ ਬਾਰੇ 'ਚ ਬੜਿਆ ਕੁਛ ਸਾਨੂੰ ਜਦੋਂ ਬ੍ਰੇਕ 'ਤੇ ਅਸੀਂ ਤੁਸੀਂ ਗਏ ਸੋ ਔਰ ਖਾਨ ਸਾਹਿਬ ਆ ਕੇ ਬੈਠੇ ਦੱਸ ਰਹੇ ਸਨ ਜੀ ਕਿ ਇਹ ਇਕੱਲਾ ਇਕੱਲਾ ਸਾਜ਼ ਇਸ ਵੇਲੇ ਇਹੀ ਵਜਾ ਰਹੇ ਨੇ, ਕੋਈ ਹੋਰ ਇਹ ਪਾਕਿਸਤਾਨ ਦੇ ਵਿੱਚ ਵਜਾ ਹੀ ਨਹੀਂ ਸਕਦਾ। ਉਹ ਪੁੱਛਾਂਗੇ ਕਿਉਂ ਨਹੀਂ ਵਜਾ ਸਕਦਾ, ਕੀ ਵਜ੍ਹਾ ਹੈ, ਕੀ ਚੱਕਰ ਹੋਇਆ, ਕਿਉਂ ਅੱਗੇ ਫਨ ਨਹੀਂ ਵਧਿਆ, ਉਹ ਵੀ ਗੱਲਾਂ ਕਰਾਂਗੇ ਸਾਰੀਆਂ। ਅੱਛਾ, ਡਿਫਰੈਂਟ ਸਾਜ਼ ਲੱਗ ਰਿਹਾ, ਔਰ ਮੈਂ ਪਹਿਲੀ ਦਫ਼ਾ ਜ਼ਿੰਦਗੀ ਮੈਂ ਦੇਖਿਆ, ਮੈਂ ਇਸ ਪਹਿਲੇ ਦੇਖਾ ਵੀ ਨਹੀਂ। ਤੇ ਦੇਖ ਲਓ ਫਿਰ, ਖਾਨ ਸਾਹਿਬ ਨੇ ਸਹੀ ਗੱਲ ਕੀਤੀ। ਇਰਾਨੀ ਸਾਜ਼ ਹੈ? ਇਰਾਨੀ ਸਾਜ਼, ਇਰਾਨੀ ਹੈ ਜੀ। ਤੋ ਮੈਂ ਇਸ ਗੇਟ ਮੈਂ ਜਬ ਗਿਆ ਹੂੰ ਬੰਬੇ ਮੈਂ, ਤੋ ਹਮ ਗਾਇਕ ਐਜ ਏ ਗਾਇਕ ਸਿੰਗਰ ਐਜ ਏ ਸਿੰਗਰ ਕਲਾਸੀਕਲ ਜੀ ਜੀ ਮੈਂ ਗਿਆ ਥਾ, ਮੈਂ ਰਾਕੇਸ਼ ਸਲਾਮਤ ਗਾਏ, ਅੱਛਾ, ਅਮਾਨ ਟੈਲੀ ਫੋਰ ਟੈਲੀ ਗਾਏ, ਇਹ ਨਹਿਰੂ ਕੇ ਜ਼ਮਾਨੇ ਮੈਂ ਜੀ ਜੀ ਠੀਕ। ਤੋ ਵਹਾਂ ਪ੍ਰੋਗਰਾਮ ਕਰਨੇ ਕੇ ਲੀਏ ਹਮ ਗਾਏ ਕਾਨਫਰੰਸ ਮੈਂ, ਤੋ ਵਹਾਂ ਯੇ ਮੈਨੇ ਵੋ ਪੰਡਿਤ ਕੋ ਬਜਾ ਕੇ ਦੇਖਾ, ਤੋ ਮੈਂ ਮੇਰੇ ਜ਼ਿਹਨ ਮੈਂ ਆਇਆ ਕਿ ਮੇਰੇ ਮੁਲਕ ਮੈਂ ਯੇ ਨਹੀਂ ਹੈ, ਪਾਕਿਸਤਾਨ ਮੈਂ ਨਹੀਂ ਹੈ। ਅੱਛਾ, ਤੋ ਫਿਰ ਮੈਂ ਯਹਾਂ ਆਇਆ, ਯਹਾਂ ਆ ਕੇ ਇਸੇ ਮੰਗਾਇਆ ਮੈਨੇ ਖਰੀਦਾ। ਉੱਥੋਂ ਨਾਲ ਲੈ ਕੇ ਆਇਆ ਜਾਂ ਇੱਥੋਂ ਆ ਕੇ ਖਰੀਦਿਆ ਮੰਗਾਇਆ? ਇੱਥੋਂ ਫਿਰ ਆ ਕੇ ਉੱਥੋਂ ਦੁਬਾਰਾ ਮੰਗਵਾਇਆ? ਮੰਗਵਾਇਆ ਇੰਡੀਆ ਤੋਂ ਹੀ? ਨਹੀਂ, ਇੰਡੀਆ ਤੋਂ ਨਹੀਂ, ਇੱਥੋਂ ਮੰਗਵਾਇਆ, ਕਿਸੇ ਦੇ ਕੋਲ ਪਿਆ ਸੀ। ਅੱਛਾ, ਪਿਆ ਸੀ ਲਾਹੌਰ ਦੇ ਵਿੱਚ? ਠੀਕ। ਅਤੇ ਆਪਣਾ ਆਇਰਨ ਪਰਵੀਨ, ਕੀ ਨਾਮ ਸੀ ਉਹਦਾ? ਆਇਰਨ ਪਾਕਿਸਤਾਨ ਬਣਨੇ ਸੇ ਪਹਿਲੇ, ਤੋ ਮੁਝੇ ਯਾਦ ਆ ਗਿਆ, ਮੈਂ ਜਾ ਕੇ ਤੋ ਵਹਾਂ ਸੇ ਲੈ ਆਇਆ। ਬੜੀ ਉਮਰ ਹੋਣੀ, ਬੜਾ ਪੁਰਾਣਾ। ਉਸਕੇ ਬਾਅਦ ਫਿਰ ਮੈਨੇ 2 ਸਾਲ ਹੋਟਲ ਕਾ ਕਮਰਾ ਲੈ ਕੇ ਵਹਾਂ ਇਸਕੀ ਮਿਹਨਤ ਕੀ ਖੁਦ। ਹਾਂ, ਖੁਦ ਆਪਨੇ ਕਿਸੀ ਸੇ ਸਿੱਖਾ ਨਹੀਂ? ਨੋ ਨੋ ਨੋ, ਅੱਛਾ, ਮੈਨੇ ਖੁਦ ਹੀ ਤਿਆਰ ਕੀਤਾ ਹੈ, ਸਿਰਫ ਸੁਣਾ, ਮੈਨੇ ਸੁਣ ਕੇ ਸੁਣ ਕੇ ਸਿੱਖਿਆ, ਕਿਸੇ ਕੋਲੋਂ ਨਹੀਂ, ਆਪ ਵਜਾਇਆ? ਆਪ ਵਜਾਇਆ। ਮਿਊਜ਼ਿਕ ਦਾ ਪਤਾ ਸੀ ਆਲਰੇਡੀ, ਮਾਸ਼ਾਅੱਲਾ, ਤੁਸੀਂ ਮਿਊਜ਼ਿਕ? ਮੈਨੇ 3 ਕਿਤਾਬਾਂ ਪੜ੍ਹੀਆਂ ਮਿਊਜ਼ਿਕ ਕੀ ਸਰ। ਅੱਛਾ, ਉਸੇ ਸੰਗੀਤ ਕਹਤੇ ਹੈ, ਜੈਸੇ ਕਿ ਜੇ ਮੈਂ ਆਪ ਇੱਕ ਰਾਗ ਵਜਾ ਰਹਾ ਹੂੰ ਸੁਬਹ ਕਾ। ਹਾਂ, ਜ਼ਰਾ ਹੋ ਜਾਏ ਪਲੀਜ਼, ਜ਼ਰਾ ਸਵੇਰੇ ਸਵੇਰੇ ਜੀ, ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ, ਜ਼ਰਾ ਅੱਜ ਕੱਲ੍ਹ ਜ਼ਰਾ ਮਜ਼ਾ ਆਏਗਾ, ਜ਼ਰਾ ਮਜ਼ੇਦਾਰ ਸਵੇਰ ਦਾ ਰਾਗ ਜੀ। ਗੁਜਰੀ ਟੋਡੀ ਕਹਤੇ ਹੈ, ਗੁਜਰੀ ਟੋਡੀ, ਟੋਡੀ ਟੋਡੀ, ਮੀਆਂ ਜੀ ਦੀ ਟੋਡੀ ਤੇ ਮੈਂ ਸੁਣਿਆ, ਸਾਹਿਬ ਦੀ ਟੋਡੀ ਵੀ ਗੁਜਰੀ ਟੋਡੀ, ਸਮਝੇ ਨਾ, ਮੀਆਂ ਸਾਹਿਬ ਜੀ। ਹਾਂ, ਇਹ ਟੋਡੀ, ਇਹ ਸਭ ਬਹਾਦਰੀ ਟੋਡੀ, ਠੀਕ ਹੈ, ਹਦਰੀ ਟੋਡੀ, ਹਾਂਜੀ, ਇਹ 12 ਟੋਡੀਆਂ ਹੈ, ਇਹ ਮੈਂ ਪੜ੍ਹਾ ਹੈ ਸਭ ਕੁਛ ਚੰਗੀ। ਇਹ ਵੀ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ, ਜਿਹੜੇ ਅੱਜ ਕੱਲ੍ਹ ਦੇ ਸਾਡੇ ਸਿੰਗਰ ਨੇ ਆਇਆ ਕਿ ਉਹਨਾਂ ਨੇ ਵੀ ਕਿਤਾਬ ਪੜ੍ਹੀ, ਉਹਨਾਂ ਨੂੰ ਪਤਾ ਹੈ ਜਾਂ ਸਿਰਫ ਪਹਿਲੇ ਸੁਬਹ ਦਾ ਰਾਗ ਤੋਂ ਸੁਣ ਲਿਓ ਜੀ? ਜੀ, ਸੁਬਹ ਦਾ ਰਾਗ ਜੀ, ਗੁਜਰੀ ਟੋਡੀ, ਸੁਬਹ ਦਾ ਰਾਗ ਆ ਜੀ, ਗੁਜਰੀ ਟੋਡੀ ਜੀ, ਸਵੇਰ ਦਾ ਰਾਗ ਹੈ ਬੋਲੇ। ਜੋ ਸਟਾਰਟ ਮੈਂ ਹੋਤਾ ਹੈ ਇਸੇ ਅਲਾਪ ਕਹਤੇ ਹੈ, ਅਲਾਪ, ਅਲਾਪ ਕਰਨਾ, ਵਿਦਾਊਟ ਰਿਦਮ ਜੋ ਹੋਤਾ ਹੈ ਉਸਕੋ ਅਲਾਪ ਕਹਤੇ ਹੈ। Thank you.
यार सीखे इतना खूबसूरत बजाना। तो जी आज गल हो गई घट ते असी ते राज मैनू ते बहुत मजा आया और तुहाडी सवेर भी सही हुई है ना। उस्ताद सलामत अली साडे नाल ने जी, परवेज खान साहब और सनी साहब की तारीफ करनी बड़ी जरूरी है जी। माशाल्लाह नाल पूरे चले ना। हाँ जी, क्या बात है, बहुत खूबसूरत, बड़ा मुश्किल बिल्कुल जी, मुश्किल काम है बिल्कुल जी। आगे गल्लां होणगियां ने 55 साल तो ये काम कर रहे हैं और यदा होर इतने सीखने वाला बजाने वाला क्यों नहीं की वजह है, आगे ब्रेक तो बाद गल करांगे जी। जी आते हैं छोटे से ब्रेक के बाद स्टे विद अस। भाजी हंसते रहो, वसते रहो, तो देखते रहो अपना चैनल, अपने फनकार, अपना साज, अपना पाकिस्तान। ट्यून करना मुश्किल है, ये 100 रुपए मिलानी है, ये देखो ना, ये 3 तारे हैं 100 रुपए बोल रही है, तिना तारा नू एक सुर ते करना, एक सुर ते करना, बाकी साजन दे विच एक सार तार होंदी है उनू एक सुर ते करदे ने, इस वजह तो मुश्किल है जी कहते 3 तारा ने तिना नू एक सुर करना है और 3-3 करके ते 50 तारा बनदियां ने। आ देखो ना किन्नी बड़ी जाने, ठीक हो गया ते क्यों नहीं शागिर्द क्यों नहीं अगे आए ने मुंडे, कोई आए ने लेकिन वो चले जांदे, उनू नहीं किन्ना को अरसा सिखदे ने, आउंदे ने महीना 2 महीने रहंदे ने, उनू समझ नहीं आउंदी तो चले जांदे। खान साहब अगर अगे कोई सिखेगा नहीं ते फिर फन इतने खत्म हो जाएगा। मैं तो कहना जी कि मेरे को आवे सीखे मैं सिखाऊंगा, एज ए टीचर मैं कम से कम 30 आर्टिस्ट हैं मेरे आर्ट के। अच्छा 30 आर्टिस्ट हैं, ये आपको मैंने बताया कि हाँ। ये जितने गाने मेरे अपने बने हुए हैं, ठीक है, ये लालदीन शहबाजी क्या, लड़ता लूने वाला क्या, मंसूर मलंगी क्या, अच्छा ये मेरे हाथ के सब आर्टिस्ट हैं। रंगीला साहब ने तुसी सुने, रंगीला साहब ने मैं आप गाना करवाया केड़ा वाला दिया और तूफान था, गा मेरे मनवा, गा मेरे मनवा, गाता जा रे कांधे पे ऐसे हाथ रख के। साजी मेरी सो ठीक है, ग्राम से मैं उसे बोला था कि हाथ रख लूंगा। अच्छा। तो शुरू करना गाना, हाथ उठाऊंगा तो गाना बंद कर देना। अच्छा 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 अच्छा, ओके ओके ओके, मैं समझ गया। सपोर्ट म्यूजिक उन्होंने ये नहीं पता चलता सी कि मैं अंतरा शुरू कितों करना है, तो तुसी एंड क्यों देंदे सो के एथों होणगा म्यूजिक दे नाल। और पहली टेक उसकी ओके हुई, ओके हुई। रंगीला साहब जी अल्लाह जन्नत जगह देवे जी उन्होंने साडे बड़े। अच्छा परवेज खान साहब आपका म्यूजिक में इधर इंटरेस्ट क्यों नहीं? नहीं वो जी मुझे इन्होंने शुरू से जो है ना वो इस तरफ आने नहीं दिया, कह रहे हैं कि बहुत मुश्किल काम है ये, तो सारा दिन जो है वो रात 24 घंटे इसको सोचते रहना, तो तुम अपनी जॉब करो, पढ़ो लिखो, ये इन्होंने बहुत अच्छा मेरे लिए, मैं आप सोचता हूँ कि बहुत अच्छा मेरे लिए फैसला किया इन्होंने कि जो मुझे पढ़ा के इस फील्ड में नहीं आने दिया, लेकिन मैं 25 साल से इनको असिस्ट कर रहा हूँ, असिस्ट कर रहा हूँ, जहाँ भी जाते हैं मैं इनके साथ होता हूँ, जो भी जो मैं ये समझे कि मैं इनका जो है ना बाप है मेरे वाले, मैंने इनके कहने पर बनाई है। हाँ इन्होंने कहा कि अब फिल्म 94 में फिल्म प्रोड्यूस की हमने सनाटा, उसमें खान साहब आप भी हीरो थे, तो वो तुम्हारी पहली फिल्म थी। हाँ जी वो एज ए प्रोड्यूसर पहले जेल का बात था। अच्छा वो ब्लैक एंड वाइट का दौर था, उदो ब्लैक एंड वाइट का दौर से जेल का बादशाह फिल्म, फिल्म इंडस्ट्री बाबा जी चिश्ती साहब के असिस्टेंट रहे, चीफ असिस्टेंट थे, काम मैं करता था सर। अच्छा काम सारा बाबा जी नहीं करते थे, उन्होंने मुझे बेटा बनाया हुआ था। अच्छा आप उनकी सीट थी ना कुर्सी, एक दिन ऐसा हुआ कि मैंने ईद पे 6 फिल्में लिखनी थी हमारी। अच्छा तो उनके 8 गाने एक दिन में बनाए, एक दिन में 8 गाने एक दिन में, केड़े केड़े गाने सब याद है? ये भी रिकॉर्ड है ना दादा, एक दिन से 8 गाने रिकॉर्ड, ट्यून करके तो रिकॉर्ड किए, मतलब ट्यून बनाई है और फिर रिकॉर्ड भी किए ने 6 पार्टियां का, 6 फिर रिकॉर्ड किए, दो गाने रोज रिकॉर्ड किए, ठीक, तो ट्यून एको दिन में 6 गाने की बनाई है। हां जैसे ये नहीं है आज जट का, अच्छा जट मन पार लंगा देनी कड़िया मन ता तेरियां कर दी, इसके अलावा किया ते आओ सारियां हुरा नहीं, हां नबी दा रल मिल सेरा गाइए, सेरा गाइए, उन्होंने बेटे आए सुनो, एहो ट्यून है, सेम ट्यून, एक ट्यून है, 4 गाने हैं, ये रिकॉर्ड है मेरा कि मैंने एक ट्यून में 4 गाने, वो 4 ही हिट हैं।
ਔਰਕੈਸਟਰਾ ਇੰਚਾਰਜ ਵੀ ਮੈਂ ਦੋ ਔਰਕੈਸਟਰੇ ਬਣਾਏ ਸੀ ਇਹਨਾਂ ਨੇ ਦੋ ਔਰਕੈਸਟਰੇ ਮੈਨੇ ਜਿਸ ਕੋ ਜਿਹਨਾਂ ਨੂੰ ਬੈਚ ਕਿਹਾ ਜਾਂਦਾ ਦੋ ਬੈਚ ਮਿਊਜ਼ੀਕਲ ਬੈਚ ਜਿਹੜੇ ਸੀ ਇਹ ਬੈਚ ਆਪਣਾ ਡੀ ਬੈਚ ਔਰ ਸੀ ਬੈਚ ਔਰ ਟੈਲੀਵਿਜ਼ਨ ਪੇ ਐਂਟਰ ਮੈਨੇ ਕੀਆ ਮਿਊਜ਼ੀਸ਼ੀਅਨ ਅੱਛਾ ਆਪਣਾ ਸਲਾਮ ਸਾਹਿਬ ਇਹ ਦੱਸੋ ਉਸਤਾਦ ਜੀ ਕਿ ਉਸ ਵੇਲੇ ਜਦੋਂ ਗਾਣਾ ਰਿਕਾਰਡ ਹੁੰਦਾ ਸੀ ਅਸੀਂ ਸੁਣਦੇ ਸਾਂ ਕਿ ਦੋ ਦੋ ਸੌ ਡੇਢ ਡੇਢ ਸੌ ਮਿਊਜ਼ੀਸ਼ੀਅਨ ਬੈਠੇ ਹੁੰਦੇ ਸਨ ਹੁਣ ਜਦੋਂ ਸਾਡਾ ਟਾਈਮ ਆਇਆ ਸੀ ਜਦੋਂ ਕਰਦੇ ਸਨ ਤੇ ਚਾਰ ਬੰਦੇ ਮਿਊਜ਼ਿਕ ਬਣਾ ਕੇ ਬਾਹਰ ਨਿਕਲ ਜਾਂਦੇ ਸਨ ਅਬ ਤੋਂ ਬਲਕਿ ਜ਼ਿਆਦਾ ਹੋਣੇ ਚਾਹੀਏ ਥੇ ਕਿਉਂਕਿ ਐਡਵਾਂਸ ਹੋ ਗਿਆ ਉਹਦੀ ਵਜ੍ਹਾ ਸਰ ਮੈਂ ਤੁਹਾਨੂੰ ਦੱਸ ਰਿਹਾ ਵਜ੍ਹਾ ਬਾਕੀ ਉਹ ਡੇਢ ਦੋ ਸੌ ਬੰਦਾ ਹੁੰਦਾ ਸੀ ਉਹ ਸਰ ਇਸ ਤਰ੍ਹਾਂ ਹੁੰਦਾ ਸੀ ਕਿ ਅਗਰ ਉਹ ਜ਼ਮਾਨੇ 'ਚ ਉਹਨੇ ਬੰਦੇ ਉੱਥੇ ਹੁੰਦੇ ਸੀ ਨਾ ਤੇ ਗਾਣਾ ਵੀ ਮਜ਼ੇਦਾਰ ਹੁੰਦਾ ਸੀ ਤੁਸੀਂ ਉਸ ਦੌਰ ਦੇ ਗਾਣੇ ਹੁਣ ਲੈ ਕੇ ਚਲਾ ਲਓ ਤੁਹਾਨੂੰ ਮਜ਼ਾ ਤੇ ਜਿਹੜੇ ਚਾਰ ਬੰਦੇ ਕਰਦੇ ਨੇ ਉਹ ਤੁਹਾਨੂੰ ਫਿਲਮ ਜਿਹੜੀ ਉਹ 3 ਵਜੇ ਲੱਗਦੀ ਤੇ 3:30 ਵਜੇ ਮੁੜ ਕੇ ਫਾਰਗ ਹੋ ਜਾਂਦੀ ਹੈ ਉਹਦੇ ਗਾਣੇ ਵੀ ਤਾਂ ਉਹਨੇ ਕੀ ਚੱਲਦੇ ਨੇ ਨਾ ਉਹ ਵਾਕਈ ਡੇਢ 200 ਮਿਊਜ਼ੀਸ਼ੀਅਨ ਹੁੰਦਾ ਸੀ ਅਗਰ ਵੈਲਨਾਂ ਨੇ ਤੇ 10 ਵੈਲਨਾਂ ਨੇ ਅਗਰ ਰਿਦਮ ਵਾਲੇ ਨੇ ਤੇ 10 ਮਸੂਦ ਰਾਣਾ ਸਾਹਿਬ ਦਾ ਗਾਣਾ ਥਾ ਇੱਕ ਮਸੂਦ ਰਾਣਾ ਸਾਹਿਬ ਦੇ ਉੱਪਰ ਥਾ ਤਾਂ ਉਹ ਮਿਊਜ਼ਿਕ ਇਹਨਾਂ ਨੇ ਆਪਣੇ ਹਿਸਾਬ ਸੇ ਬਣਾਇਆ ਥਾ ਸਿਰਫ ਅਗਰ ਫਿਲਮ ਚੱਲੀ ਥੀ ਨਾ 1-1.5 ਮਹੀਨਾ ਤਾਂ ਉਹ ਸਿਰਫ ਮਿਊਜ਼ਿਕ ਦੇ ਸਰ ਪਰ ਚੱਲੀ ਤੇ ਬਾਕੀ ਡਾਇਰੈਕਟਰ ਤਾਂ ਕੁਛ ਵੀ ਨਹੀਂ ਥਾ ਉਸਕਾ ਬਲਕਿ ਖਾਨ ਸਾਹਿਬ ਨੇ ਮੈਨੂੰ ਕਈ ਦਫ਼ਾ ਕਹਾ ਥਾ ਕਿ ਇਹ ਪਰੇ ਸਾਹਿਬ ਆਪਣੇ ਜੇ ਕਹਾਂ ਸੇ ਲੈ ਲਿਆ ਜੇ ਡਾਇਰੈਕਟਰ ਕਹਾਂ ਸੇ ਲੈ ਲਿਆ ਅੱਛਾ ਖਾਨ ਸਾਹਿਬ ਕੀ ਵਜ੍ਹਾ ਹੈ ਕਿਉਂ ਅਸੀਂ ਅੱਗੇ ਜਾਣ ਦੀ ਬਜਾਏ ਸ਼ੋਅ ਬਿਜ਼ਨਸ ਦੇ ਵਿੱਚ ਬਿਲਕੁਲ ਹੀ ਪਿੱਛੇ ਆਉਂਦੇ ਜਾ ਰਹੇ ਹਾਂ ਕਿਉਂ ਅਸੀਂ ਉਹਨੇ ਮਿਊਜ਼ੀਸ਼ੀਅਨ ਨਹੀਂ ਲੈਂਦੇ ਕਿਉਂ ਅਸੀਂ ਉਹਨੀ ਮਿਹਨਤ ਨਹੀਂ ਕਰਦੇ ਜੀ ਕਿ ਕੰਪੋਜ਼ਰ ਜਿਸੇ ਕਹਤੇ ਹੈ ਜੋ ਮਿਊਜ਼ਿਕ ਡਾਇਰੈਕਟਰ ਹੋਤਾ ਹੈ ਮਿਊਜ਼ਿਕ ਡਾਇਰੈਕਟਰ ਡਾਇਰੈਕਟਰ ਬਕਾਇਦਾ ਮੁਕੰਮਲ ਆਦਮੀ ਹੋਤਾ ਹੈ ਵੋ ਕੰਪੋਜ਼ ਕਰ ਜੈਸੇ ਆਪ ਹੈ ਹੀਰੋ ਹੈ ਆਪ ਆਪ ਹੀਰੋ ਹੈ ਆਪਕਾ ਆਪ ਮੁਕੰਮਲ ਹੈ ਆਪਕੋ ਜੋ ਕੁਛ ਕਹਾ ਜਾਏਗਾ ਆਪ ਉਸ ਪੇ ਖੂਬਸੂਰਤੀ ਉਸਮੇ ਪੈਦਾ ਕਰੇਂਗੇ ਐਕਸਪ੍ਰੈਸ਼ਨ ਜਿਸੇ ਕਹਤੇ ਹੈ ਇਸਮੇ ਚਾਰ ਚੀਜ਼ੇ ਹੈ ਸਬਸੇ ਪਹਿਲੇ ਕਿਆ ਹੈ ਲਫ਼ਜ਼ ਲਫ਼ਜ਼ ਗਾਣਾ ਲਿਖਣਾ ਠੀਕ ਹੈ ਜੋ ਸ਼ਾਇਰ ਲਿਖਦਾ ਸ਼ਾਇਰੀ 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 ਉਸੇ ਦੇਖਣਾ ਮਿਊਜ਼ਿਕ ਡਾਇਰੈਕਟਰ ਦਾ ਕਿਆ ਕਰੈਕਟਰ ਹੈ ਠੀਕ ਹੈ ਉਸੇ ਦੇਖਣਾ ਦੇਖ ਕੇ ਉਸਕੇ ਲਈ ਸੁਰ ਤਲਾਸ਼ ਕਰਨੇ ਵਾਹ ਉਸਕੇ ਲਈ ਸੁਰ ਤਲਾਸ਼ ਕਰਨੇ ਕਿ ਇਸੇ ਕੌਣ ਕੌਣ ਸੇ ਸੈਡ ਹੈ ਹੈਪੀ ਹੈ ਸੇਮ ਹੈਪੀ ਹੈ ਸੇਮ ਸੈਡ ਹੈ ਕਿਆ ਹੈ ਉਸਕੇ ਲਈ ਉਸਕਾ ਰਾਗ ਤਲਾਸ਼ ਕਰਨਾ ਇਸ ਰਾਗ ਵਿੱਚ ਸੂਟ ਇਸ ਰਾਗ ਮੈਂ ਇਹ ਸ਼ਾਇਰੀ ਸੂਟ ਕਰੇਗੀ ਇਹ ਸੂਟ ਠੀਕ ਹੋ ਗਿਆ ਦੋ ਕੰਮ ਹੋ ਗਏ ਤੀਸਰਾ ਦੋ ਹੋ ਗਿਆ ਤੀਸਰਾ ਕਿਆ ਹੋ ਗਿਆ ਤੀਸਰਾ ਰਿਦਮ ਇਹਦੇ ਨਾਲ ਰਿਦਮ ਕਿਹੜਾ ਲੱਗੇਗਾ ਕੌਣ ਸਾ ਰਿਦਮ ਲੱਗਣਾ ਚਾਹੀਦਾ ਜਿਵੇਂ ਮੈਂ ਅਭੀ ਬਤਾਇਆ ਕਿ ਇਹ ਤਿੰਨ ਤਾਲ ਇਸੇ ਕਹਤੇ ਹੈ ਜੋ 16 ਮਾਤਰੇ ਕਾ ਤਾਲ ਹੈ ਤਿੰਨ ਤਾਲ ਉਹ ਇਸਕੇ ਸਾਥ ਬਚਦਾ ਹੈ ਔਰ ਚੌਥੀ ਕੀ ਚੀਜ਼ ਹੈ ਐਕਸਪ੍ਰੈਸ਼ਨ ਚਾਰ ਚੀਜ਼ਾਂ ਹੈ ਐਕਸਪ੍ਰੈਸ਼ਨ ਲਫ਼ਜ਼ ਕਾ ਐਕਸਪ੍ਰੈਸ਼ਨ ਕਿਆ ਹੈ ਅਬ ਸਿਰਫ ਗਾਣੇ ਕਾ ਨਹੀਂ ਕਿ ਡਾਂਡਾ ਡਾਂ ਕਰਕੇ ਗਾਣਾ ਗਾ ਲਿਆ ਨਹੀਂ ਉਸ ਲਫ਼ਜ਼ ਕੋ ਕਹਿਣੇ ਕਾ ਅਬ 2000 ਆਦਮੀ ਸੁਣ ਰਿਹਾ ਹੈ ਇੱਕ ਆਦਮੀ ਗਾ ਰਿਹਾ ਹੈ ਇੱਕ ਆਦਮੀ ਸਟੇਜ ਤੋਂ ਗਾ ਰਿਹਾ ਹੈ ਔਰ 2-3 ਹਜ਼ਾਰ ਆਦਮੀ ਸੁਣ ਰਿਹਾ ਹੈ ਔਰ ਉਹ ਦਾਦ ਦੇ ਰਿਹਾ ਉਸ ਕਿਸ ਚੀਜ਼ ਕੀ ਐਕਸਪ੍ਰੈਸ਼ਨ ਕੀ ਵਾਹ ਵਾਹ ਇਹਨਾਂ ਚੀਜ਼ਾਂ ਦੀ ਕਮੀ ਹੋ ਗਈ ਕਮੀ ਹੋ ਗਈ ਕਿਉਂਕਿ ਮਿਊਜ਼ਿਕ ਡਾਇਰੈਕਟਰ ਅਬ ਕੁਆਲੀਫਿਕੇਸ਼ਨ ਨਹੀਂ ਹੈ ਮਿਊਜ਼ਿਕ ਡਾਇਰੈਕਟਰ ਕੀ ਕੋਈ ਵੀ ਮਿਊਜ਼ਿਕ ਮੈਂ ਅਬ ਜੈਸੇ ਮੈਂ ਆਪਕੋ ਅਰਜ਼ ਕੀਆ ਹੈ ਕਿ ਇਸਕੇ 10-8 ਜਿਸੇ ਕਹਤੇ ਹੈ ਜੈਸੇ ਸਮੁੰਦਰ ਕਹਤੇ ਆਪ ਉਸਸੇ ਦਰਿਆ ਨਿਕਲਤੇ ਹੈ ਇੱਕ ਠਾਠ ਮੈਂ ਸੇ ਹਜ਼ਾਰੋਂ ਰਾਗ ਨਿਕਲਤੇ ਹੈ ਅਬ ਯੇ ਟੋਟੀ ਠਾਠ ਹੈ ਜੋ ਮੈਂ ਰਾਗ ਬਜਾ ਰਹਾ ਹੂੰ ਇਸਕੋ ਕਹਤੇ ਹੈ ਟੋਟੀ ਠਾਠ ਕਾ ਰਾਗ ਹੈ ਯੇ ਔਰ ਹੈ ਕਿਆ ਗੁਜਰੀ ਟੋਲੀ ਅਬ ਮੀਆਂ ਸਾਹਿਬ ਕੀ ਟੋਲੀ ਬਹਾਦਰੀ ਟੋਲੀ ਹੈਦਰੀ ਟੋਲੀ ਬੰਗਾਲੀ ਟੋਲੀ ਯਾਨੀ ਯੇ ਰਾਗੋ ਕੇ ਨਾਮ ਹੈ ਯੇ ਇੱਕ ਠਾਠ ਕੇ ਰਾਗ ਹੈ ਕੌਣ ਸਾ ਰਾਗ ਠਾਠ ਇਹ ਬੇਸ ਹੈ ਅਸੀਂ ਬੇਸ ਭੁੱਲ ਗਏ ਹਾਂ ਇਹ ਹੁਣ ਜੋ ਹੋ ਰਿਹਾ ਔਰ ਅਸੀਂ ਅੱਗੇ ਚੱਲ ਗਏ ਹਾਂ ਚੱਲ ਸੋ ਚੱਲ ਵਾਲਾ ਕੰਮ ਮਿਊਜ਼ਿਕ ਡਾਇਰੈਕਟਰ ਠੀਕ ਉਹਨਾਂ ਦਾ ਵਾਕਿਆ ਮੈਂ ਤੁਹਾਨੂੰ ਦੱਸਣਾ ਅਸੀਂ ਵਾਕਿਆ ਸੁਣਾਂਗੇ ਆ ਕੇ ਬ੍ਰੇਕ ਤੋਂ ਬਾਅਦ ਬ੍ਰੇਕ ਦਾ ਵੇਲਾ ਹੋ ਗਿਆ
ਅਸੀਂ ਖਾਨ ਸਾਹਿਬ ਤੁਹਾਡੇ ਕੋਲੋਂ ਵਾਕਿਆ ਵੀ ਸੁਣਾਂਗੇ, ਯਕੀਨਨ ਬੜਾ ਦਿਲਚਸਪ ਹੋਏਗਾ, ਔਰ ਅਸੀਂ ਚਾਹਾਂਗੇ ਕਿ ਸਾਡੇ ਜਿਹੜੇ ਭੈਣ ਭਰਾ ਦੇਖਣ ਵਾਲੇ ਨੇ ਸਵੇਰੇ ਸਵੇਰੇ ਆ ਜਾਓ, ਵਾਕਿਆ ਵੀ ਸੁਣਨ ਔਰ ਰਾਗ ਵੀ ਨਾਲ ਨਾਲ ਚੱਲਣਗੇ। ਅਸੀਂ ਬੇਸ ਨੂੰ ਭੁੱਲ ਗਏ ਹਾਂ, ਅਸੀਂ ਅੱਗੇ ਨਿਕਲ ਗਏ ਹਾਂ ਬਿਲਕੁਲ, ਪਰ ਜਦੋਂ ਤੱਕ ਬੇਸ ਨਹੀਂ ਹੋਏਗੀ ਜੀ ਤੇ ਅੱਗੇ ਕੰਮ ਜਿਹੜਾ ਉਹ ਪੱਕਾ ਨਹੀਂ ਹੋਏਗਾ, ਬਿਲਡਿੰਗ ਹੀ ਨਹੀਂ ਸਹੀ ਖੜੀ ਹੋਏਗੀ। ਯਾਨੀ ਨਰਸਰੀ ਹਮਨੇ ਪੜ੍ਹੀ ਨਹੀਂ ਤੋਂ ਪਹਿਲੇ ਹੀ ਹਮ ਮੈਟ੍ਰਿਕ ਕਰ ਦਿੱਤਾ ਹੈ, ਇਹ ਸਾਡੀ ਕਮਜ਼ੋਰੀ ਹੈ ਜੀ, ਜਿਹਦੀ ਵਜ੍ਹਾ ਤੋਂ ਅਸੀਂ ਬੇਸ ਨਹੀਂ ਭੁੱਲਣੀ ਚਾਹੀਦੀ ਔਰ ਕਿਸੇ ਵੀ ਕੰਮ ਦੀ ਬੇਸ ਨਹੀਂ ਭੁੱਲਣੀ ਚਾਹੀਦੀ। ਬ੍ਰੇਕ ਦਾ ਵੇਲਾ ਹੋ ਗਿਆ ਜੀ, ਬ੍ਰੇਕ ਤੋਂ ਬਾਅਦ ਆ ਕੇ ਮਿਲਨੇ ਆ ਜੀ, ਮਿਲਤੇ ਹੈ ਬ੍ਰੇਕ ਕੇ ਬਾਅਦ। ਬਾਜੀ ਹੱਸਦੇ ਵਸਦੇ ਰਹੋ, ਵੇਖਦੇ ਰਹੋ ਆਪਣਾ ਚੈਨਲ, ਕੁਛ ਵੀ ਹੋ ਜਾਏ ਆਪਣਾ ਆਪਣਾ ਹੁੰਦਾ ਤੇ ਮਿਊਜ਼ਿਕ ਵੀ ਆਪਣਾ ਹੀ ਹੁੰਦਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ ਆਇਆਂ ਨੂੰ ਤੇ ਵੈਰੀ ਗੁੱਡ ਮਾਰਨਿੰਗ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬਾ ਦੇ ਨਾਲ। ਹੱਸਦੇ ਰਹੋ, ਵਸਦੇ ਰਹੋ, ਖਾਂਦੇ ਰਹੋ ਤੇ ਜਿਉਂਦੇ ਰਹੋ। ਗੁੱਡ ਮਾਰਨਿੰਗ, ਵੈਲਕਮ ਟੂ ਆਰ ਸ਼ੋਅ। ਮੈਂ ਹੂੰ ਆਪਕੀ ਹੋਸਟ ਸਾਹਿਬਾ। ਔਰ ਮੈਂ ਜੀ ਜਾਨ ਰੈਂਬੋ। ਆਪਣਾ ਕੇ ਰੰਗ ਰੈਂਬੋ ਸਾਹਿਬਾ ਕੇ ਸੰਗ ਜੀ। ਜੀ ਜਨਾਬੇ ਅਲੀ। ਅੱਛਾ ਜੀ, ਪਹਿਲੇ ਮੈਂ ਤੋ ਜ਼ਰਾ ਵਾਕ ਕਰਕੇ ਆਪਕੋ ਦਿਖਾ ਦੂੰ। ਹਾਂਜੀ, ਕੈਟ ਵਾਕ ਜੀ। ਅੱਛਾ ਜੀ, ਇਹ ਜੋ ਆਪ ਡਰੈਸ ਮੇਰਾ ਦੇਖ ਰਹੇ ਹੈ, ਸਭ ਤੋਂ ਪਹਿਲੇ ਮੈਂ ਇਸਕੇ ਬਾਰੇ ਮੈਂ ਬਤਾਉਂਗੀ ਕਿ ਫਿਰ ਬਾਅਦ ਵਿੱਚ ਮੇ ਰਹਿ ਜਾਂਦੀ ਹੈ। ਇਹ ਹੈ ਲਾਜਵੰਤੀ ਕਾ, ਲਾਜਵੰਤੀ ਤੋਂ ਡਰੈਸ ਆਇਆ ਜੀ। ਬੜਾ ਅੱਛਾ, ਕਿਉਂਕਿ ਵਿੰਟਰ ਕਲੈਕਸ਼ਨ ਵੀ ਆ ਰਹੀ ਹੈ ਬੜੀ ਨਈ ਨਈ। ਹਾਂਜੀ, ਮੈਂ ਮੇਰੇ ਮੌਸਮ ਆ ਗਿਆ, ਮੇਰੀ ਤੇ ਵਿੰਟਰ ਕਲੈਕਸ਼ਨ ਆ ਗਈ ਹੈ ਜੀ। ਮੈਂ ਆਹਾ ਗ੍ਰੈਵਿਟੀ ਤੋਂ ਜੈਕਟਾਂ ਆ ਰਹੀਆਂ ਨੇ, ਇਹ ਸ਼ਰਟਾਂ ਆ ਰਹੀਆਂ ਨੇ, ਬਲੇਜ਼ਰ ਆਈ ਹੈ, ਬਲੇਜ਼ਰ ਬਲੇਜ਼ਰ। ਹਾਂਜੀ, ਬਹੀ ਕੋਈ ਗੱਲ ਨਹੀਂ, ਜੈਕਟ ਕਹਿ ਲਓ, ਬਲੇਜ਼ਰ ਕਹਿ ਲਓ, ਕੋਟ ਕਹਿ ਲਓ, ਅਪਰ ਕਹਿ ਲਓ, ਜੋ ਮਰਜ਼ੀ ਕਹਿ ਲਓ, ਸਾਰੇ ਅੱਜ ਕੱਲ੍ਹ ਇਹੀ ਚੱਲਦੇ ਨੇ। ਅੱਛਾ, ਮੈਂ ਸੋਚਿਆ ਜੀ ਕਿਉਂ ਨਾ ਅੱਜ ਅਸੀਂ ਆਪਣੀ ਕੌਮ ਨੂੰ ਖੁਸ਼ਖਬਰੀ ਸੁਣਾਈਏ। ਖੁਸ਼ਖਬਰੀ ਕੌਮ ਨੇ ਤਾਂ ਸੁਣ ਲਈਏ, ਲੇਕਿਨ ਮੈਂ ਫਿਰ ਇੱਕ ਦਫ਼ਾ ਚਾਹੁੰਦਾ ਕਿ ਮੈਂ ਆਪਣੇ ਸ਼ੋਅ ਦੇ ਵਿੱਚ ਖੁਸ਼ਖਬਰੀ ਸੁਣਾਵਾਂ। ਕ੍ਰਿਕਟ ਦੀ ਕੋਈ ਖੁਸ਼ਖਬਰੀ ਨਹੀਂ ਆ ਰਹੀ, ਹਾਕੀ ਵੱਲੋਂ ਕਿਸੇ ਗੇਮ ਵੱਲੋਂ ਖੁਸ਼ਖਬਰੀ ਨਹੀਂ ਆ ਰਹੀ, ਹੋਰ ਕਿਸੇ ਪਾਸੋਂ ਖੁਸ਼ਖਬਰੀ ਨਹੀਂ ਆ ਰਹੀ, ਲੋਡ ਸ਼ੈਡਿੰਗ ਨਹੀਂ ਖਤਮ ਹੋ ਰਹੀ, ਗੈਸ ਦੀ ਲੋਡ ਸ਼ੈਡਿੰਗ ਨਹੀਂ ਖਤਮ ਹੋ ਰਹੀ, ਉਹ ਵੀ ਹੋ ਰਹੀ ਹੈ। ਬਲਕਿ ਮੈਂ ਤਾਂ ਹੁਣ ਡਰਨਾ ਕਿ ਇੱਕ ਦਿਨ ਇਹ ਨਾ ਹੋਵੇ ਕਿ ਆਰਡਰ ਆ ਜਾਣ ਕਿ ਜੁੰਮੇ ਜਾਂ ਹਫ਼ਤੇ ਜਾਂ ਹਫ਼ਤੇ 'ਚ ਇੱਕ ਦਿਨ ਹੁਣ ਕਿਸੇ ਨਾ ਕੋਈ ਰੋਟੀ ਵੀ ਨਹੀਂ ਖਾਣੀ, ਕਿ ਉਹ ਵੀ ਬੱਚਤ ਕਰੋ, ਰੋਟੀ ਘੱਟ ਗਈ ਜੀ, ਇੱਕ ਦਿਨ ਰੋਟੀ ਨਹੀਂ ਖਾਣੀ, ਕਿਸੇ ਨੇ ਨਹੀਂ ਖਾਣੀ। ਅਜੀਬ ਸਾ ਲੱਗ ਰਿਹਾ ਕਿ ਆਪ ਖੁਸ਼ਖਬਰੀ ਦਾ ਜ਼ਿਕਰ ਕਰ ਰਹੇ ਹੋ। ਇਸ ਸਲਾਹ ਵਿੱਚ ਦੇਖੋ ਜੀ ਕਿ ਮੈਂ ਤੁਹਾਡੇ ਵਾਸਤੇ ਖੁਸ਼ਖਬਰੀ ਲੈ ਕੇ ਆਇਆ। ਖੁਸ਼ਖਬਰੀ ਜੀ, ਤੁਹਾਨੂੰ ਮੁਬਾਰਕ ਹੋਵੇ। ਕੌਣ ਕਹਿੰਦਾ ਅਸੀਂ ਤਰੱਕੀ ਨਹੀਂ ਕਰ ਰਹੇ, ਅਸੀਂ ਤਰੱਕੀ ਕਰ ਰਹੇ ਹਾਂ, ਅੱਲਾ ਦੇ ਫਜ਼ਲੋ ਕਰਮ ਅਤੇ ਆਪਣੀ ਮਿਹਨਤਾਂ ਦੇ ਨਾਲ ਅਸੀਂ 42 ਨੰਬਰ 'ਤੇ ਨਾ ਆਪਣਾ 34 ਨੰਬਰ 'ਤੇ ਆ ਗਏ ਹਾਂ ਕਰਪਸ਼ਨ ਵਿੱਚ। ਬਹੁਤ ਮੁਬਾਰਕ ਹੋਵੇ ਤੁਹਾਨੂੰ ਸਾਰਿਆਂ ਨੂੰ ਕਰਪਸ਼ਨ ਵਿੱਚ। ਹਾਂ ਤੇ ਹਾਂ ਹਾਂ, ਨੰਬਰ 'ਤੇ ਬਈ ਕੀ ਹੋ ਗਿਆ, ਤਰੱਕੀ ਤਾਂ ਕੀਤੀ ਹੈ ਨਾ, ਕੀ ਹੋ ਗਏ ਵਾਕਈ ਕਰਪਸ਼ਨ ਮੇਂ। ਔਰ ਅਗਰ ਯਹੀ ਹਾਲਾਤ ਰਹੇ ਤੋ ਅਨਕਰੀਬ ਅਨਕਰੀਬ ਨੰਬਰ 1 ਦੀ ਦੌੜ ਚ ਅਸੀਂ ਆ ਜਾਵਾਂਗੇ, ਅਸੀਂ ਟੌਪ 10 ਮੇਂ ਆ ਜਾਏਗੇ, ਟੌਪ 10 ਚ ਆਵਾਂਗੇ ਬੜੀ ਜਲਦੀ। ਔਰ ਇਹਦੇ ਚ ਮਤਲਬ ਇਹ ਨਹੀਂ ਕਿ ਤੁਸੀਂ ਅਸੀਂ ਜਾਂ ਤੁਸੀਂ ਜਿਹੜੇ ਬੈਠੇ ਹੋ ਜਾਂ ਜੋ ਵੀ ਦੇਰ, ਸਾਰੇ ਪਾਕਿਸਤਾਨੀ ਇਹਦੇ ਚ ਅਸੀਂ ਸਾਰੇ ਸ਼ਾਮਿਲ ਹਾਂ। ਸਿਰਫ ਅਸੀਂ ਸਰਕਾਰ ਨੂੰ ਜਾਂ ਸਿਆਸੀ ਲੋਕਾਂ ਨੂੰ ਕੁਛ ਨਹੀਂ ਕਹਿ ਸਕਦੇ, ਇਹਦੇ ਚ ਅਸੀਂ ਸ਼ਾਮਿਲ, ਬਲੇਮ ਨਹੀਂ ਦੇਣਾ ਚਾਹੀਏ ਬਿਲਕੁਲ ਵੀ। ਸਾਡੀ ਸਾਰਿਆਂ ਦੀ ਮਿਹਨਤ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ। ਕੋਈ ਬੰਦਾ ਦਫ਼ਤਰ ਵਿੱਚ ਆਪਣੀ ਡਿਊਟੀ ਪੂਰੀ ਨਹੀਂ ਕਰਦਾ, ਕੋਈ ਆਦਮੀ ਸਾਡੇ ਸਮੇਤ, ਅਸੀਂ ਵੀ ਇੱਥੇ ਡੰਡੀ ਮਾਰ ਜਾਂਦੇ ਹਾਂ ਸ਼ੋਅ 'ਚ, ਕਈ ਗੱਲਾਂ ਲਿਖੀਆਂ ਹੁੰਦੀਆਂ ਨਹੀਂ ਕਰਦੇ, ਅਸੀਂ ਪੂਰੀ ਇਮਾਨਦਾਰੀ ਨਾਲ ਕੋਈ ਬੰਦਾ ਕੰਮ ਨਹੀਂ ਕਰ ਰਿਹਾ। ਉਹਦਾ ਇਹ ਨਤੀਜਾ ਆਇਆ ਕਿ ਅਸੀਂ ਇੰਟਰਨੈਸ਼ਨਲੀ ਅਸੀਂ 42 ਨੰਬਰ 'ਤੇ ਸਾਂ, ਸਾਨੂੰ ਥੱਲੇ ਜਾਣਾ ਚਾਹੀਦਾ ਸੀ, ਅਸੀਂ ਇੱਧਰੋਂ ਇੰਝ ਕਰਕੇ ਨੰਬਰ ਲੈ ਹੀ ਜਾ ਰਹੇ ਹਾਂ, ਟੌਪ 10 'ਚ ਆਵਾਂਗੇ, ਫਿਰ ਨੰਬਰ 1 ਵੀ ਹੋਵਾਂਗੇ। ਅੱਲਾ ਨਾ ਕਰੇ, ਅੱਲਾ ਨਾ ਕਰੇ, ਅੱਲਾ ਨਾ ਕਰੇ, ਅਸੀਂ ਇੱਥੋਂ ਥੱਲੇ ਹੀ ਜਾਈਏ, ਵਾਪਸ ਰਿਵਰਸ ਵਾਲੇ ਪਾਸੇ ਜਾਈਏ ਅਤੇ ਜ਼ਿਆਦਾ ਨੰਬਰ ਇੱਥੋਂ ਲਾਈਏ। ਇੱਥੋਂ ਘੱਟ ਨੰਬਰ ਲੈਣਾ ਕੋਈ ਫਖਰ ਦੀ ਗੱਲ ਨਹੀਂ, ਲੇਕਿਨ ਜੀ ਦੇਖੋ ਬਸ ਸਾਰਿਆਂ ਵਾਸਤੇ ਲੰਮਾ ਇਹ ਫਿਕਰੀ ਹੈ, ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਆਪਣੀ ਆਪਣੇ ਕੰਮ ਆਪਣੀ ਇਮਾਨਦਾਰੀ ਔਰ ਜ਼ਿੰਮੇਵਾਰੀ ਨਾਲ ਅਸੀਂ ਕਰਨੇ ਸ਼ੁਰੂ ਕਰ ਦੇਵਾਂਗੇ ਅਤੇ ਇਹ ਜਿਹੜਾ ਟਾਈਟਲ ਸਾਡੇ ਕੋਲ ਆ ਰਿਹਾ, ਖੁਦਾ ਨਾ ਖਾਸਤਾ, ਅਸੀਂ ਇਹਨੂੰ ਚੁਟਲਾ ਵੀ ਸਕਦੇ ਹਾਂ, ਅਸੀਂ ਕਿਸੇ ਹੋਰ ਦੇ ਸਰ ਥੋਪ ਦਿੰਦੇ ਹਾਂ, ਉਹ ਹੁਣ ਭਾਈ ਨੰਬਰ 1 ਅਸੀਂ ਇਹਦੇ 'ਚ ਨਹੀਂ ਹੋਣਾ ਇਨਸ਼ਾਅੱਲਾ। ਔਰ ਅਸੀਂ ਅੱਜ ਇਰਾਦਾ ਕਰਨੇ ਹਾਂ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਆਪ ਨੂੰ, ਅਸੀਂ ਪਹਿਲੇ ਮੈਂ ਆਪਣੇ ਆਪ ਨੂੰ ਕਵਾਂਗੇ ਜੀ ਮੈਂ ਠੀਕ ਕਰਾਂਗਾ, ਤੁਸੀਂ ਆਪਣੇ ਆਪ ਨੂੰ ਠੀਕ ਕਰੋ, ਸਭ ਤੋਂ ਪਹਿਲੇ ਅੱਛੇ ਇਨਸਾਨ ਬਣੇ, ਅੱਛੇ ਮੁਸਲਮਾਨ ਬਣੇ ਔਰ ਅੱਛੇ ਪਾਕਿਸਤਾਨੀ ਬਣੇ, ਫਿਰ ਹੀ ਹੋਏਗਾ ਜੀ। ਆਪਣੀ ਇਮਾਨਦਾਰੀ ਜਿਹੜੀ ਹੈ ਜੀ, ਆਪਣਾ ਜਿਹੜਾ ਕੰਮ ਹੈ ਇਮਾਨਦਾਰੀ ਨਾਲ ਕਰਾਂਗੇ ਤੇ ਅਸੀਂ ਤਰੱਕੀ ਕਰਾਂਗੇ, ਵਰਨਾ ਸਾਡਾ ਇਹੋ ਹਾਲ ਹੋਏਗਾ। ਐਸੀ ਜੀ ਖੁਸ਼ਖਬਰੀ, ਕੈਸੀ ਖੁਸ਼ਖਬਰੀ ਸੀ, ਇਹ ਉਹ ਖੁਸ਼ਖਬਰੀ ਹੈ ਜਿਹਦੇ ਤੇ ਰੋਣ ਦਾ ਦਿਲ ਕਰਦਾ, ਕੋਈ ਔਰ ਖੁਸ਼ਖਬਰੀ, ਐਸੀ ਖੁਸ਼ਖਬਰੀ ਅਸੀਂ ਅਗਲੇ ਸਾਲ ਨਾਲ ਸੋਣਾ ਜਦੋਂ ਇਹ ਹੋਵੇ।
सही है जी। अच्छा इस तो बाद साढ़े जनाब साढ़े पुराने होंगे जी, टाइम जो ब्रेक का वेला हों जा रहा जी, मैं दसदा जावा जी म्यूजिक डायरेक्टर प्रोड्यूसर संतूर एक म्यूजिक एक साज है जी, वह भी अच्छा सिखावे तो ना सुने होगा तो दिखावे वो सिंगर कले कले अकलौते प्लेयर ने जी उन्होंने बजाते ने संतूर नवाज ने सिंगर भी ने जी फिल्म प्रोड्यूस की सन्नाटा जिद मैं हीरो भी स। अच्छा हाँ जी तुम नहीं सोते और उन्होंने बेटे होंगे जी परवेज खान साहब वो 25 साल तो अपने वालद साहब के नाल इस काम में उन्होंने खिदमत कर रहे हैं, मदद कर रहे हैं, हेल्प कर रहे हैं, इस तो अलावा वो अपना काम भी करते हैं। ठीक है जी और प्रोड्यूसर दे तौर पर भी साढ़े नाल स्टूडियो रहे हैं, इन्हां नाल बड़ियां ज़्यादा ने साड़ियाँ होर इन दियाँ 55 साल की जिहड़ी खिदमत ने अपना उस्ताद सलामत अली खान साहब साढ़े नाल होणगे जी, उन्हां नाल बहुत सारिया गल्लां करांगे। 1958 तो ये काम कर रहे हैं जी, की काम किया किने किने वड्डियां लोगों नाल काम किया, 800-900 तो ज़्यादा फिल्मां दा म्यूजिक दिता उन्होंने और बहुत सारे गाने तंगे वाला खैर मंगदा टांगे लोर दा होवे ते पावे चंगदा टांगे वाला खैर मंगदा ओ टांगे वाला खैर मंगदा टांग। आज मैं भी जरा उन्होंने अपनी रस्म आज सुबह सुबह आपकी मॉर्निंग हो जाएगी बिल्कुल म्यूजिकल और फ्रेश। हाँ जी लो जी एक ब्रेक तो बाद आने जी उस्ताद सलामत अली खान साहब उन्होंने बेटे परवेज खान साहब जाना किधरे ना क्योंकि अपना अपना ही होंगे जी, लवो ब्रेक तुसी जी। यू आर वॉचिंग मॉर्निंग विद रेमबो एंड साहिबा, स्टे विद अस। जी हाँ जी मॉर्निंग विद रैम्बो एंड साहिबा के नाल हसते रहो वसते रहो तो आज तो जी मौसीकी के बारे समझते रहो सुनते रहो असल मौसीकी जी। ब्रेक पे जाने से पहले आप किस्सा बयान किस्सा कोई दस रहे हो जी कि बड़ा जबरदस्त कोई किस्सा है वो सर इस तरह से कि एक म्यूजिक डायरेक्टर ने उन्होंने नाम नहीं लेना चाहता। अच्छा उन्होंने उन्होंने बुलाया कि जी तुम मैं गाना जो कंपोज किया तो वह संतूर चाहिए मैंने। अच्छा वो गाने इस किस्म का है कि संतूर चाहिए मैं उन्होंने नाम नहीं लवाना बड़े अच्छे ने उन्होंने अब जी ने कहा जी ठीक है तुम्हें इन्नी पेमेंट देंगे मैं उन्होंने गड्डी भेजी लै गया अब जी ने अब ने जाकर उन्होंने दसा कि मैं दसो कि ए शक्ल दसो साइज दसो गाने की हैगी इन्होंने हम ट्यून करना से कह लगे कि मैं 61-62 से गाना बनाया वो कहना जी 68 का तो मैं नहीं पता जी म्यूजिक डायरेक्टर साहब कह रहे हैं कि जी मैं 68 का तो नहीं पता अब जी ने रख दिया उसे अब कहना कि तेन किसी ने म्यूजिक डायरेक्टर बनाया मैंने दस तेन अपना जो तू ट्यून बनाई तेन वह नहीं पता कि 68 की है तो तू करेगा की तो मैंने दिखाया उन्हें सुर दिखाया तो आप ने कहा यह 68 बनता सुर सुन के हाँ सुर सुन के तुम दस तू जो किया एजुकेशन नहीं अपने काम की तालीम नहीं लिती हुई बस एवं अंदाजा उधरों कॉपी किया उधरों कॉपी किया मिक्स करके गाना बना लिया। अच्छा आजकल तो स्कूल्स में म्यूजिक क्लासेस भी होती हैं तो ऐसे लोगों को उस्ताद लोग जो हैं उनको सिखाना चाहिए उनसे सीखना चाहिए हमारे वो बिल्कुल बात यह है कि अब उनको पता ही नहीं है जी जी उन लोगों को पता नहीं है इसलिए कि आज इसके 10-60 हैं इसके गाने के म्यूजिक के 10-60 हैं बेडरूम 60 पहले है बेडरूम 60 दूसरा है मैं समझा ना बात ऐसे ये चलते आते हैं साढ़े मुंडिया नु नहीं पता नो नवे कुड़िया नु नहीं पता किशन नहीं पता म्यूजिक डायरेक्टर जरा उन्होंने नहीं पता म्यूजिक बलावल 60 है टोनी 60 है। ठीक है अच्छा यह दसो कि सरकार ने तुहाडा मतलब एदा तुसीं एक यूनीक काम है और पाकिस्तान दे विच कोई नहीं कर सकता तो कोई अवार्ड कोई रिवार्ड कोई इज्जत कोई एहतराम किधरे कुछ अले तक कोई भी नहीं कोई तुहानू अवार्ड प्राइड ऑफ परफॉर्मेंस ये नहीं अभी तक नहीं मिला मुझे मैं तो बिल्कुल जी इस वेले 58 तो तुसीं ये काम कर रहे हो और वाइल साइज संतूर जिहड़ा खत्म होता जा रहा आखिरी संतूर नवाज ने और अगर कोई सरकारी बंदा सरकार का कोई बंदा देख रहा है उन्होंने कोई असिस्टेंट कोई ऐसा बंदा कि उन्होंने तक गल पहुँच रही है तो सलामत अली खान साहब को बिल्कुल अवार्ड तो नवाजना चाहिए जी मिलना चाहिए बड़ी बात है अब तक जिंदा रखा हुआ है जिंदा रखा हुआ और अगर नौजवान देख रहे हैं कुछ में और सीखना चाहते हैं किसी को म्यूजिक का शौक है तो मेरा ख्याल है कि साज़ को बचा लेना चाहिए साड़ी सकाफत है जी अगे रहना चाहिए बिल्कुल वरना इसी तरह चीज़ा खत्म हो दिया जाएंगी तो फिर असी शनाख्त भूल जावांगे। हाँ बिल्कुल बिल्कुल बिल्कुल। अच्छा उस्ताद साहब आपका मैडम नूरजहां के साथ भी काफ़ी टाइम गुजरा बहुत गाने किए मैंने कैसा साथ रहा उनके साथ बहुत अच्छा साथ रहा कोई यादें उनकी बहुत क्या मैं बताऊँ आपको कोई कोई शेयर करो साढ़े इतने अच्छे लोग थे वो इतनी अच्छी औरत थी मैं बयान नहीं कर सकता
और म्यूजिक के साथ इतना प्यार था उन्हें। अच्छा उन्होंने सारे ठाटा टूटा का पता से सब मेरे से उन्होंने पूछा है। अच्छा अच्छा मेरी वो उस्तादों की सारी इज्जत करते थे, हालांकि मेरी शागिर्द नहीं थी वो। अच्छा लेकिन मुझे वो खान साहब, मेरा पूरी फिल्म इंडस्ट्री में खान साहब अगर किसी को कहा तो मुझे कहा है और किसी को नहीं। मैडम ने किसी का टाइटल नहीं है, ये टाइटल उसने शुरू किया था। अच्छा मैडम ने। अच्छा किसी खान साहब मुझे दावत दी, मैं घर गया। अब लोग जाते थे उसके घर रिहर्सल करने, म्यूजिक डायरेक्टर जाते थे उसके घर रिहर्सल करने के लिए। लेकिन मैं बाबा जी के साथ था, गाना बनया तो रिहर्सल करनी थी। किड़ा गाना से याद है? की यार बोल गाने से संतूर उसमें ये शामिल था, ये साथ शामिल था जान वाले उस वक्त नहीं। थोड़ा जा उठो की बोल जा कि कोई नवा लारा कोई नवा लारा ला छोटा नहीं बोल जा टूट है एक टूट और बोल जा। अच्छा बाबा जी था। हाँ एक गाना बनाया मैं ही बनाया थी। अच्छा लेकिन उन्होंने मेहरबानी उन्होंने दिया दुआवा नाली जरूर थी मेरे ते ओ एक गाना लैके मैं मैडम के घर गए मैं टेलीफोन किया। अच्छा ते आज थोड़ी देर हुई मैं आया ते खान साहब तुम नहीं मन कहनी कि तुम इतने आ जाओ रिहर्सल इतने आके कर लो सारे मेरे घर मैं नहीं आ सकती। मैं कह जी मैं नहीं आऊँगा। अच्छा तुम्हें अगर रिहर्सल करनी होगी आई एम म्यूजिक डायरेक्टर आप सिंगर हैं आपको आना पड़ेगा मैं नहीं आऊँगा। तुम क्या कहा कभी भी नहीं आऊँगा। वो आगा जिये गुड़ की फिल्म थी आगा जिये गुड़ जिला एवेन्यू स्टूडियो मालिक ये फिल्म थी। अब वो मैनेजर मैंने कहने लगा जिससे टेलीफोन मैं रख दिता मैंने कहने लगा हाँ साहब तुम्हें ये किया ऐसी बड़ी और तुम किसी रफ कहता हो तो वो नहीं आएगी गाना गाने के लिए। मैं कहीं वो आएगी नीचे तय खाने दस रहेगा सी कोई 15-20 मिनट बाद आधे घंटे बाद गड्डी से मैडम साहब आ गए सारे उठ के खुल हो गए इसे मैं बैठा रहे कुछ वो जिस भी आई तो मैं ऐसा करके बैठ गया उन्हें देखने सारा आते आके मेरे नाली कुर्सी पर बैठ गई। आपका नाम है सलामत अली खान मैंने जी आप रिहर्सल पर क्यों नहीं आए? मैं कहीं मैं आज भी नहीं आया मैं फिर भी नहीं आऊँगा आप ही आएंगे रिहर्सल करने के लिए। बहुत अक्लमंद बेटा औरत थी वो उसने पता नहीं क्या सोचा उसने कहा कि आप ऐसा करें कल 2 बजे का खाना आप मेरे घर में खाएंगे। अच्छा मैं कहा मुझे आपके घर का नहीं पता पहले उनका घर अंदर था गुरुवर्ग के। अच्छा ये बाल मेहनत नहीं थी ना बड़ी मार्केट नहीं है इसके साथ ही था इनका कोई। अच्छा तो वो ओरिजिनल नवाज था हमारे साथ फजल उसका नाम था। रखा मुझे आपके घर का नहीं पता कभी फजल साहब खान साहब को लेके आना ये पहला लफ्ज उसने मुझे कहा कि खान साहब को लेके आना। अच्छा खान साहब के हाँ अभी घर चले गए बड़ी फिल्म की थी कुछ सवाल आठ मेरे नाल खींचे उन्हें कि ए राग किस ठाठ का राग देगा ए राग किस ठाठ का राग देगा ए मुझे याद नहीं ए भी मैंने याद नहीं ए भी राग मैंने याद नहीं मैं कहो मेरे को है वो मैं तुम दे दूँगा। अच्छा और कोई फीस नहीं मैं कमा लवाऊंगा बगैर फीस को मैं तुम्हें दसाऊंगा वो बारे में लिख के उन्होंने 1-2 लाख दिते वो फिर आके उन्हें एवेन्यू तारीफ की थी कि खान साहब आए हैं इंडस्ट्री ऐसा म्यूजिक डायरेक्टर के पास इल्म नहीं है जैसा इल्म उनके पास है। बड़ी गाल अब सब लोगों ने मुझे खान साहब कहना शुरू कर दिया मेरा नाम छोड़ दिया खान साहब ही कहे सब लोगों ने मेरा टाइटल है पूरी फिल्म में और किसी का टाइटल नहीं है। अच्छा अच्छा परवेज साहब आपको क्या रिस्पांस मिलता था फिल्म इंडस्ट्री से आपके वालिद के हवाले से लोग प्यार करते थे? बस वो जिस तरह मैं इनके साथ जहाँ आ गया हूँ इसी तरह मैं मतलब जब भी ये उस वक्त छोटा था मैं 20-25-30 साल पहले मुझे शौक था सिर्फ साथ जाने का। अच्छा कि फिल्म का बैकग्राउंड हो रहा है गाना टेक हो रहा है मैं साथ बैठा हूँ अब को देख रहा हूँ। हालांकि इनके जो म्यूजिशियन वगैरह थे सारे वो कहते जी खान साहब तुम बच्चा थोड़े नाल इधर आ रही अगर कुर्सी पर बैठा हूँ तो वहीं सो रहा हूँ बस ये है कि फिल्म चल रही है। रंगीला साहब का दौर था मनोवरी साहब का दौर था बस मैं खुशी कमा रही। तो कभी सिंगर या हीरो बनने का शौक नहीं हुआ? नहीं मुझे इस फील्ड में शौक ही नहीं था बस ये जो खान साहब ने फिल्म की थी हमारी सन्नाटा उसमें मैंने पुलिस SP का करेक्टर किया था उसमें मैंने करेक्टर किया था लेकिन अच्छा करेक्टर हो गया था वो। इनके साथ तो मेरा सीक्वेंस कोई नहीं था पर रईस साहब के साथ मयूर कुरैशी साहब के साथ एज ए शौक से कैमरा मैन कहने लगा जी SP का रोल तुम करो तो वो मैंने कर दिया। लेकिन फर्स्ट टाइम रईस साहब के साथ मैंने वो शॉट किया बड़ा लंबा था ओके हो गया वो।
जी खान साहब, अच्छा ये जो साज है संतूर जी, ये ज़्यादा खुशी में बजाया जाता है या क्या ये सैड? खुशी में बजाया। अच्छा खुशी जी, ज़्यादा सुनने लगता है कि शायद बड़ा उदास। वैसे तो रोमांटिक सा लग रहा है, बहुत रोमांटिक जी। खुशी का ये साज खुश आए खुशी का। अच्छा अच्छा, ऐसे तो की फर्क है, जो एक इतने रख के हुआ जो उसका नाम मैंने भूल गया, सुरमंडल। सुरमंडल है वो भी, मैं उससे गाता था ना, इसलिए मैंने ये तैयार किया। अच्छा, उसका अंदाजा रहा हूँ ये सुरमंडल के साथ। वो दे थे, कोई रिश्ता है आपस में, कोई नज़दीक नहीं? ये और है, अब ये सिक से बच्चा है, वो हाथ से बच्चा है, नाखून से। चलो अच्छा, ब्रेक का वेला होया, एवं एक कड़ोम करो जरा जरा। लो जी ब्रेक, हुण बोलना बनता ही। वेलकम बैक अगेन, यू आर वॉचिंग मॉर्निंग विद रैम्बो एंड साहिबा, और हमारे साथ हैं खान साहब और परवेज खान साहब और सनी। और सनी साहब जी, अच्छा इससे पहले कि हम कुछ सुने और अपना सेगमेंट बताएं रेसिपी का, मैं आपको कुछ घरेलू टोटके बताना चाहूँगी। नवा काम शुरू हो गया, घरेलू टोटके, चलो दसो जी। जी आजकल बहुत ज़्यादा प्रॉब्लम ये हो रही है क्योंकि सर्दी आ रही है, तो एकदम वो हो जाता है, छींकें आना शुरू हो जाती हैं, तो वो आप सर पे ठंडा अगर पानी डालेंगी ना तो आपकी छींकें फौरन बंद हो जाएंगी। हाँ, तो ठंडा पानी पाओगे तो ये घरेलू आप ही देख लो फिर की होएगा, तो छींकां तो बंद हो जाएंगी। ज्यादा नहीं हो जाएगी? नहीं नहीं, ये की टोटका होया, ये सर लिखा हुआ है, बंदा ही अगर जाएगा तो नीचे नहीं मारेगा। नहीं, इतना ठंडा पानी, फ्रीजर का पानी नहीं, नॉर्मल जो पानी होता है, जो ठंड में पानी होता है वो यूज करें आप। मतलब छिका रुक जाएंगी तो बुखार 104.5 हो जाएगा। थोड़ा सा पानी डालो। ये बाकी टोटके सही नहीं आए, मैं किसी को बीमार ना कर देना। सही, इस पे रिसर्च की गई है, क्या हो गया आपको? अच्छा जी, टोटके ने जी रिसर्च शुदा ने, शादीशुदा नहीं। हां जे वो साडे तक आंदे ने, असी के तक पहुंचा देने हैं। अच्छा, साथ ही एक आपको ब्यूटी टिप देना चाहूंगी कि स्किन को ज्यादा फ्रेश करने के लिए, कि आपकी स्किन में वो एनर्जी नज़र आए और चमक नज़र आए और अच्छी ग्लो करे आपकी स्किन, उसके लिए ये है कि आप दही का इस्तेमाल करें। दही आप खाएंगे तो आपकी स्किन ग्लो करेगी और फ्रेश रहेगी। दही अच्छी चीज़ हो तो वैसे भी बड़ी जनाब अली। हूँ असी जावांगे जी रेसिपी ऑफ द डे की तरफ, तो अपना पहले जरा खान साहब को पूछिए ना कि खाण पीने पसंद है, खाण पीने की पसंद कर दे। खाण पीने में जो घर में पका हुआ हो, मैंने कभी सवाल नहीं किया कि आप ये पकाएं, आप ये पकाएं, आप ये पकाएं, जो दिल करता है। चले हम जो पके है। हम इन्हें दिखाते हैं ना एक रेसिपी। एक रेसिपी साढ़े को जी, देखने हैं कि आज की पका रहे हैं जी। रेसिपी पकाओ जी। हरा धनिया चिकन बनाने लिए सानू चाहिदा है चिकन 1 किलो, तेल या घ्यो 1 कटोरी, टमाटर 200 ग्राम, हरा धनिया 200 ग्राम, हरी मिर्च 6-7, लाल मिर्च 1 चम्मच, लहसुन 10 तुरियां, अदरक 1 टुकड़ा, दही 250 ग्राम, नमक स्वाद अनुसार। सब तो पहला एक मिक्सी विच पाओ हरा धनिया, उस तो बाद टमाटर, हरी मिर्च, अदरक, लहसुन, दही, उस तो बाद इन्हां सबना नू मिक्सी विच पीस लो। बाद विच एक कढ़ाई विच पाओ तेल या घ्यो, जदों ये गर्म हो जान ता इस विच पाओ चिकन ते उस नू चंगी तरह नाल भुन लो। जदों वेखो कि चिकन भुनिया गया है ते इस विच पाओ पहला तो पीसे हुए मसाले ते नमक, लाल मिर्च। इस नू चंगी तरह नाल मिक्स कर लो ता जे सारा मसाला चिकन नाल रिस जाए। जदों वेखो कि चिकन चंगी तरह नाल गल गया है, उस तो बाद इस नू एक डोंगी विच कट के इस नू अदरक ते लच्छे ते टमाटर नाल सजाओ। इस तरीके तैयार हरा धनिया चिकन मसाला चाहो तो परौंठे नाल खाओ या फिर फुलके नाल। जी जनाब अली, हुण साडे कोल की है जी? अच्छा जी, रैपिड फायर हम खेलते हैं इनके साथ, आप से कुछ क्वेश्चंस पूछ रहे हैं, हम सवाल करेंगे जी, जी। साथ आपको ऑप्शंस भी दे रहे हैं जी। तो आपने एक नाम जरूर लेना जी। ठीक है, ठीक है, रेडी? ठीक। फिल्म
फिल्म के बैकग्राउंड के लिए कोई किसी एक साज का इंतखाब करना हो तो आप किसका करेंगे? आपके ऑप्शंस हैं संतूर, तबला या बांसुरी फिल्म के बैकग्राउंड म्यूजिक। हाँ, उसमें संतूर, तबला, बांसुरी, तबला जरूरी है। हाँ, क्योंकि रिदम जरूरी है और फ्लूट जो है ये साज है, जैसे अकेला बाहर का साज है, ये पहाड़ी पहाड़ी साज है। हाँ। जैसे और वायलिन, स्पेनिश, ये चीज़ें, क्लारिनेट, समझे ना, शहनाई, ये चीज़ें इस्तेमाल होती हैं बैकग्राउंड में। तो तुसी मेन किनू रखोगे अगर बैकग्राउंड करो तो? मेन वायलिन, वायलिन मेन होएगा, वायलिन मेन होएगा। अच्छा जी, एवें एक सवाल है, एवें ही है जी जी जी, म्यूजिक डायरेक्टर ना होंगे तो की होंगे, शेफ होंगे, टेलर मास्टर होंगे या ड्राइवर होंगे? इस काम तो अलावा वो तो तुम कहोगे जी मैं तो करना ही यही सी। हाँ, वो मैं पहले भी ये आज करना था, मुझे बचपन में शौक ही ये था। अगर ना हो फिर चलो, वैसे कोई और काम हो जाता फिर? कोई काम ही हो जाता, कोई भी हो जाता। इन्हें तिना चो कि होंगे फिर? खाना पकाने का शौक है, शेफ होंगे ना? नहीं ना। अच्छा, टेलर मास्टर, हीरो दे कपड़े सींदे, कोई हीरो ना? हाँ, ये मुझे शौक था, मेरे बड़े भाई ये काम करते थे, ये करते थे। वरना टेलर मास्टर? हाँ, बिल्कुल। बड़े जबरदस्त मारते, कोई यूनिक जी दुकान होगी। कमाल दे, फिर कमाल काम कर, कमाल कर दे जी। अच्छा जी, परवेज़ साहब से मैं सवाल करूंगी, क्योंकि आपके वालिद साहब ने तो पहले टांगे वाले से खैर मंगवाई, तो आप क्या चाहेंगे, क्या करें? चिंगची वाले से खैर मांगेंगे, टैक्सी वाले से खैर मांगेंगे या रिक्शे वाले से? बाजी, मैं तो बस सारे पाकिस्तान के और साथ में इनकी खैर ही मांगूंगा। वाह वाह वाह, क्या बात। जो हमारे बहन भाई हैं पाकिस्तान में, जो अल्लाह ताला ने हमारे मुल्क के ऊपर जो आफतें आ रही इस वक्त, अल्लाह ताला अपनी और बस इसी की खैर मांगूंगा, साथ इनकी खैर, आप सब लोगों की, बस यही है। अच्छा खान साहब, यार दसो जरा, एक एक अपना एक लफ्ज तुसी बयान करना है, शादी की है? शादी की है, एक लफ्ज दसना। खुशी का नाम है शादी? खुशी का नाम, खुशी का नाम। सियासत की है? झूठ। झूठ का नाम सियासत। बुढ़ापा की है? लास्ट जिंदगी, लास्ट आखिरी। सच्चाई? सच्चाई, सच्चाई कह सकते। बिल्कुल। म्यूजिक की है? म्यूजिक से कहते हैं सर अपना सुर ईश्वर, ये किताब में लिखा हुआ है, हिंदी हिंदी किताबें हिंदी में लिखी हुई, हिंदी जी लिखी है, जो जिसे संगीत कहते हैं जी जी, उसमें पहले सफ़े पे लिखा हुआ है सुर ईश्वर। अच्छा, सुर क्या है? रब, सुर रब है। लेकिन हम तो मुसलमान हैं ना, हम तो ये नहीं कहेंगे, हमारा इस चीज़ पे बिलीव नहीं है। आप समझे नहीं जी जी, कि सुर में क्या ताकत है, पावर क्या है सुर में जी जी, कि एक आदमी स्टेज पे गा रहा है, गान कर रहा है, परफॉर्म, मतलब एक सिंगर जो है वो गा रहा है और 3,000 आदमी सुन रहा है, इसमें ये मज़ा है, ताकत है, इसमें ताकत है, ये पावर है। ठीक, तो हिंदुओं ने इसे लिख दिया है कि सुर ईश्वर है। नहीं, लेकिन हम तो कहेंगे कि रूह की गिज़ा है बस। हम तो यही कहेंगे ना। हाँ। हम तो नहीं कहेंगे। अच्छा जी। हाँ, हम तो उसे रूह की गिज़ा कहते हैं जी जी। चलो। हाँ जी। अच्छा जी, नेक्स्ट है कि अच्छी गुलूकारा की 3 क्वालिटीज़ बताएं। अच्छी आवाज़ का मालिक होना, ज़्यादा शौक होना या ज़हीन होना। ज़हीन, अच्छी गुलूकारा में क्या खसूसियात होनी चाहिए? ज़हीन होना चाहिए, ज़हीन होना ही चाहिए, और उसे सीखना चाहिए। अच्छा, ज़हीन होनी चाहिए, पैशन होना चाहिए। अच्छा यार दसो कि माशाल्लाह बेगम, हाँ जी, घर जाहिर है अल्लाह का फज़ल है, उन्हों का रोब है तुहाडा? हर पासे हर पासे। अच्छा अच्छा, यह दसो कि जी बेगम एवं नाराज हो जाए तो कि धुन बजा के उन्होंने जरा खुश करोगे? गंदा ना तोड़ दिए मुटियारे, या लंघ आ जा पतन चनादा, या चन मखना? वो नाराज होंगे ही नहीं। अच्छा, नाराज ही नहीं होंगे? अब हम यहाँ प्रोग्राम के लिए आए हैं ना। हाँ जी, वो इंतजार कर रहे हुए, देख रहे होंगे, देख रहे होंगे और इंतजार कर रहे, नाराज नहीं होंगे? फिर भी अगर तुम उन्होंने सामने कोई धुन बजाना चाहो अपनी मर्जी की, मैं तिना चो कि धुन बजाओगे? लंघ आ जा पतन चना, लंघ आ जा पतन चना, क्यों बिच कोई प्रॉब्लम होंगी है घर, एक ही कमरे च होंगे, वो भी लंघ आ जा पतन चना।
अच्छा परवेज साहब, आपका फेवरेट गाना अपने वाले साहब का? बस वो आशिक जट साहब का जो गाना ना, मैंने पार लंगा दे। वैसे तो इन्होंने काफ़ी मतलब किए हैं, बहुत अच्छे भी हैं, सुरीले भी मीठे हले तक जिंदा है। हाँ, लेकिन वो उसकी वजह ये है कि वो एक तो फोक ट्यून है हमारी, मतलब वो जो हमारे मुल्क के जो पंजाब का जो कल्चर है उसकी अक्कासी करता है वो। और एक वो उन्होंने मतलब वो उस जमाने में यही स्टाइल बड़ा हिट था, तो इस वजह से वो गाना अभी जब कभी लगता है ना, जब मैं रखा हुआ मैंने वो सुन के मुझे यही मजा। अच्छा खान साहब, यह दसो जरा, एक लफ्ज शख्सियात ने बहुत वड्डियाँ, ਤੁਸੀਂ ਕੀ ਤਾਰੀਫ ਕਰੋਗੇ ਇੱਕ ਦੋ ਲਫ਼ਜ਼ਾਂ ਦੇ ਵਿੱਚ? ਮੈਡਮ ਨੂਰ ਜਹਾਂ ਕਮਾਲ, ਕਮਾਲ। ਮਹਿਦੀ ਹਸਨ ਸਾਹਿਬ ਬਹੁਤ ਅੱਛਾ ਆਦਮੀ, ਬਹੁਤ ਅੱਛੇ ਔਰ ਸਿੰਗਰ ਬਹੁਤ ਅੱਛਾ ਥਾ, ਸਿੰਗਰ ਬਹੁਤ ਗਜ਼ਲ ਗੋ ਗਜ਼ਲ ਬਹੁਤ ਅੱਛੀ ਗਜ਼ਲ ਗਾਈ, ਸ਼ਹਿਨਸ਼ਾਹ ਗਜ਼ਲ ਸਭ ਸੇ ਅੱਛੀ ਗਜ਼ਲ ਉਸਨੇ ਗਾਈ ਹੈ, ਔਰ ਫਿਲਮ ਮੇ ਨੂਰ ਜਹਾਂ। ਫਿਲਮ ਮੇ ਨੂਰ ਜਹਾਂ। ਗੁਲਾਮ ਅਲੀ ਸਾਹਿਬ ਦੇ ਬਾਰੇ ਕੀ ਕਹੋਗੇ? ਗੁਲਾਮ ਅਲੀ ਸਾਹਿਬ ਗਜ਼ਲ ਬਹੁਤ ਅੱਛੀ ਹੋਣਗੇ, ਉਹ ਗੀਤ ਵੀ ਗਾਇਆ ਕਿਉਂਕਿ ਮਹਿੰਦੀ ਹਸਨ ਨੇ ਗੀਤ ਨਹੀਂ ਗਾਇਆ, ਉਸਨੇ ਸਿਰਫ ਗਜ਼ਲ ਗਾਈ ਹੈ, ਗਜ਼ਲ ਦੇ ਤੇ ਸ਼ਹਿਨਸ਼ਾਹ ਉਹ ਸ਼ਹਿਨਸ਼ਾਹ ਦੇ ਤਾਜ ਬਾਦਸ਼ਾਹ। ਇਸਨੇ ਗਾਣੇ ਵੀ ਗਾਏ, ਗੀਤ ਪੰਜਾਬੀ ਕੇ ਗਾਣੇ ਵੀ ਗਾਏ, ਉਰਦੂ ਕੇ ਗਾਣੇ ਵੀ ਗਾਏ, ਗਜ਼ਲ ਵੀ ਗਾਈ, ਬਹੁਤ ਅੱਛਾ ਆਦਮੀ ਥਾ। ਅੱਛਾ ਜਨਾਬ, ਚਲੇ ਅਬ ਤੋ ਯੇ ਰੈਪਿਡ ਫਾਇਰ ਤੋ ਖਤਮ ਹੋ ਗਿਆ, ਅਬ ਹਮਾਰਾ ਲਾਸਟ ਸੈਗਮੈਂਟ ਰਹਿ ਗਿਆ ਹੈ ਐਕਟ ਆਫ ਦ ਡੇ। ਐਕਟ ਆਫ ਦ ਡੇ, ਐਕਟ ਆਫ ਦ ਡੇ ਵਿੱਚ ਅਸੀਂ ਪਹਿਲੇ ਤੇ ਸਵੇਰ ਦਾ ਰਾਤ ਦਾ ਸੁਣ ਬੈਠੇ ਹਾਂ, ਹੁਣ ਕੀ ਸੁਣਾਓਗੇ? ਹੁਣ ਵੀ ਐਸੀ ਚੀਜ਼ ਸੁਣਾਓ ਕਿ ਦੇਖਣ ਵਾਲੇ ਵੀ ਕਹੋਣ ਕਿ ਵਾਕਈ ਇਹ ਬੜਾ ਮੁਸ਼ਕਿਲ ਸਾਜ਼ ਹੈ, ਔਰ ਇਹ ਤੁਸੀਂ ਇਕੱਲੇ ਕਿਉਂ ਹੋ, ਇਹਦੇ ਕੋਈ ਵਜ੍ਹਾ ਤੇ ਹੈ? ਕੀ ਸੁਣਾਓ ਪਹਿਲੇ? ਚਲੇ ਨਾ ਐਕਟ ਆਫ ਦ ਡੇ। ਐਕਟ ਆਫ ਦ ਡੇ, ਐਕਟ ਆਫ ਦ ਡੇ ਜੀ, ਐਕਟ ਆਫ ਦ ਡੇ। ਜੀ ਖਾਨ ਸਾਹਿਬ, ਐਕਟ ਆਫ ਦ ਡੇ ਚ ਇਹ ਕੀ ਮਤਲਬ ਆ ਗਿਆ ਅਚਾਨਕ, ਕੀ ਤਬਦੀਲੀ ਮਾਰੀ ਹੈ, ਇਹ ਕੀ? ਇਸਕਾ ਨਾਮ ਕਿਆ ਹੈ ਪਹਿਲੇ ਇਹ? ਇਸਕਾ ਨਾਮ ਹੈ ਜਲ ਤਰੰਗ। ਜਲ ਤਰੰਗ, ਜਲ ਤਰੰਗ। ਇਹਦੇ ਚ ਪਾਣੀ ਪਾਉਂਦੇ ਹੋ? ਪਾਣੀ ਪਾ ਕੇ ਬਚਦਾ, ਬਗੈਰ ਪਾਣੀ ਸੇ ਵੀ ਅਗਰ ਖਰੀਦ ਲੈਣ, ਖਰੀਦਣੀ ਪੜਦੀ ਹੈ ਇੱਕ ਇੱਕ ਕਰਕੇ। ਅੱਛਾ, ਕੀ ਕਰਕੇ ਤੁਸੀਂ ਇਹ ਬਗੈਰ ਪਾਣੀ ਤੋਂ ਟਿਊਨ ਕੀਤੀਆਂ ਹੋਈਆਂ ਲੀਆਂ? ਹਾਂ, ਮਤਲਬ ਉਹ ਪਾਣੀ ਪਾ ਕੇ ਜਿਹੜਾ ਆਵਾਜ਼ ਨਿਕਲਦਾ ਉਹ ਬਗੈਰ ਪਾਣੀ ਤੋਂ ਤੁਸੀਂ ਉਹ ਲੈ ਆਏ? ਹਾਂ, ਲੈ ਮੈਂ ਪਾਣੀ ਪਾ ਕੇ ਫਿਰ ਹੋਰ ਬਣ ਜਾਂਦਾ ਹੈ, ਫਿਰ ਹੋਰ ਚੀਜ਼ ਹੋ ਜਾਂਦੀ। ਅੱਛਾ, ਬੜਾ ਡਿਫਰੈਂਟ ਸਾ, ਬੜਾ ਯੂਨੀਕ ਸਾ ਲੱਗ ਰਿਹਾ ਇਹ। ਅੱਛਾ, ਇਸਮੇ ਵੀ ਕੋਈ ਸਾਊਂਡ ਪੈਦਾ ਹੋ ਸਕਦਾ? ਨਹੀਂ, ਮਿਊਜ਼ਿਕ ਨਹੀਂ ਹੋਵੇਗਾ, ਇਹਦੇ 'ਚ ਕੁਛ ਵੀ ਨਹੀਂ ਹੋਏਗਾ, ਇਹਦੇ 'ਚ ਫਿਲਹਾਲ ਚਾਹ ਵੀ ਨਹੀਂ, ਹੋਰ ਕੀ ਹੋਣਾ ਚਾਹੀਦਾ, ਪੀ ਚੁੱਕੇ ਨਾ ਚਾਹ। ਚਲੋ ਜੀ, ਅੱਛਾ ਮੇਰੇ ਕੋਲ ਤਾਂ ਆਇਆ, ਮੈਂ ਤਾਂ ਪੀਆਂ ਜੀ। ਅੱਛਾ, ਕੀ ਸੁਣਾਓਗੇ ਜੀ? ਅਬ ਮੈਂ ਉਹ ਆਪਣਾ ਗਾਣਾ ਜੋ ਮੇਰਾ ਕੰਪੋਜ਼ ਕੀਆ ਹੁਆ ਹੈ ਜੀ ਜੀ, ਕੜਿਆ ਪਾਰ ਲਗਾ ਰਹੇ ਮੈਂ ਤਾਂ ਦੇ ਰਹੀ ਹਾਂ ਕਰ ਜੀ। ਅੱਛਾ, ਉਹ ਬਜਾ ਰਹਾ ਹਾਂ ਮੈਂ। ਲਓ ਜੀ, ਐਕਟ ਆਫ ਦ ਡੇ, ਮੈਨੂੰ ਪਾਰ ਲੰਘਾ ਦੇ, ਕੜਿਆ ਪਾਰ ਲੰਘਾ ਦੇ। ਹਾਂ ਜੀ, ਅੱਛਾ ਉਹ ਬਜਾ ਰਹਾ ਹਾਂ ਜੀ ਜੀ, ਸੁਣਾਈ। Thank you.
अच्छा इसमें भी कोई उस्ताद नहीं, खुद ही आपने सीखा, उस्ताद कोई नहीं? ये भी मैंने खुद बजाया, ये भी पाकिस्तान में मैं अकेला बजाता हूँ, ये भी मैं पहली मरतबा टेलीविजन पर मैंने बजाया ये। अच्छा फर्स्ट टाइम, अब तक कोई आदमी दूसरा नहीं है, ये भी मैं ही बजाता हूँ। बंदे मैं देखा होया टीवी तुम बजाया हो मैं पता, लोगों को पता लग जाएगा मैं कितना पुराना। ज्यादा तुम पुराना नहीं है, हूँ की गल है, हूँ की गल है, कोई गल नहीं, आठ सात आठ साल दूर की गल नहीं, समझ गए। अच्छा परवेज साहब, आपकी फैमिली में किसी को म्यूजिक की तरफ नहीं हुआ इंटरेस्ट वगैरह? वो जी मेरे भांजे हैं, क्वेटा में रहते हैं, मेरी एक छोटी मशीर है, उनकी शादी क्वेटा में हुई है, तो बिलोंग तो वो फैसलाबाद से करता है बनोई मेरा, लेकिन वो मेरे भांजे हैं दो, जैन अली और उमैर अली। अच्छा। वो भी उनको इन्होंने बताया तो नहीं सिखाना, लेकिन जब कभी आते हैं वो साल के बाद इधर पंजाब में, तो उस वक्त थोड़ा सा उनको बस आइडिया दे देते हैं, तो वो आइडिया से ही वो इतना मतलब अप्रूव कर रहे हैं अपने आप को कि बहुत अच्छा गाते हैं, उनको शौक है, शौक है, और अभी वो बकायदा कहते हैं कि इधर आके कि हमें सिखाएं, जब हम तो नहीं जाएंगे, हमें सिखाओ। अगर तुम उन्होंने टैलेंट देख रहे हो खान साहब, तो तुम उन्होंने जरूर सिखाओ। बिल्कुल, और बिल्कुल मैं तो चाहूँगा संतूर तुम जरूर किसी को सिखाओ। ठीक है सर। वो गाते बहुत अच्छे हैं जी खान साहब, बहुत अच्छा गाते हैं वो, सिंगर हैं बहुत अच्छे वो दोनों। अच्छा। भाई उम्र की नहीं उन्होंने, वो बच्चे हैं अभी, एक ही उम्र 18 साल है और एक ही उम्र में 16 17 साल है, अभी जानते हो वही उम्र है, और अभी कुछ भी नहीं बताया उनको, तो वो इतना वो अच्छा गाते हैं, वो आ रहे हैं इधर, आ रहे हैं अभी, मैं बताऊंगा उन्हें, सिंगर बनाऊंगा मैं, रेडियो पे उन्हें प्रोग्राम दिलाऊंगा। क्लासिकल वाले पास ना था ध्यान? नहीं वो मतलब अभी तो क्लासिकल का तो नहीं पता उनको, लेकिन वो जो फिल्मी गाने उनको देख के तो बहुत अच्छा गाते हैं वो, लेकिन अभी उनको ग्राउंड का नहीं पता कि जब मैं क्या गा रहा हूँ ये नहीं पता, ये बताएंगे तो फिर वो आगे जाएंगे। जरूर जरूर अभी वो आने वाले हैं, ईद पे आएंगे। अच्छा तो वो रहेंगे 3-4 महीने में, उन्हें सिंगल बना के भेजूंगा। वो फिल्म जो प्रोड्यूस की थी हमने, उस पर टाइटल भी उन्हीं का नाम था। अच्छा वो जो फिल्म सनाटा हमने की थी, वो टाइटल उन्हीं का नाम था, जैन एक का नाम है, एक नाम उमैर है, माशाल्लाह बहुत ठीक ठाक। बिल्कुल जरूर जी, आके नाना 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 लगते हैं। हाँ जी, और आपका बहुत अच्छा जिक्र करते हैं, जब भी उनको थोड़ी थोड़ी होश है, जब फिल्म बनी थी। अच्छा उन्होंने याद है, वो शूटिंग भी देखी, उस वेले तो बड़े फैन होंगे, बड़े सर आपके बड़े फैन थे, वो शबका चीमा से डरते थे, क्योंकि वो उसमें विलन का काम कर रहा था, वो विलन होता था, वो शबका चीमा साहब उस दिन मेरे घर भी आए ने, और आएंगे साडे शो च भी आएंगे इंशाल्लाह, गल हुई सी, तो वो मेरा बेटा कहता है बाबा ये वही अंकल है ना जो हर वक्त गुस्से में रहते हैं, जो हर वक्त उनकी बॉडी से ब्लड निकलता रहता है, बॉडी से ब्लड निकलता रहता है, तो उस वाले चीज में लिया मैंने पहली मोटरबाइक। अच्छा अच्छे आदमी, बहुत अच्छा, बड़ा अच्छा चीमा नु तुसी चांस देते हैं। बिल्कुल, 83 फिल्म बनाई थी मैंने, 83 उसमें एक शॉट था इनका, एक शॉट एंड का डाकू बने थे, इसने डेथ बहुत अच्छी दी थी, वहीं से जो स्टार बन गया, वहीं से डेथ बहुत अच्छी दी एक्टर थी। नजर तो ये चीमा साहब का मशहूर है कि वो मरते ही नहीं है, वो बहुत टाइम लेते हैं, डब्बा खा के मरते हैं, डब्बा तो हमें तो पता ही है, नेगेटिव का पूरा डब्बा नेगेटिव होता है जी, फिल्म जिदे ते एक्सपोज होने हैं असि, जिदे जिहड़ी चलदी है तुसी वेखदे हो, वो चीमा साहब कहंदे ने बस मैं जांदे जांदे भी पूरा डब्बा खा गया, डब्बा खा के इंज करके एक बारी साह कढेगा फिर उठ गया, फिर मिट्टी च मुंह रख के उसे चंगी भली मिट्टी इकट्ठी करके आखिर से फूक मारेगा कि आखिरी सांस ही, तो फिर मिट्टी उड़ेगी, फिर ऐसे करके मारेगा। और वो मुंडा बिगड़ा जाए में तो बिल्कुल ही वो उसमें मर गए थे, तो दोबारा से दुबारा वो दोबारा जिंदा हुए। ओदे कोल ते चीमा साहब कोल बड़े तरीके ने जी, वो दोबारा जिंदा भी हो जाना। बहुत अच्छे आर्टिस्ट हैं, बड़े अच्छे साडे आर्टिस्ट हैं जी, इंशाल्लाह चीमा साहब भी होणगे जी साडे नाल इसी वीक दे विच इंशाल्लाह ताला, इंशाल्लाह। अच्छा ते और कोई तुसी किन्ने भरा हो? दो हां सर। ਤੇ ਦੂਸਰੇ ਭਰਾ ਦੇ ਵੀ ਕੋਈ ਨਹੀਂ ਸਰ, ਉਹ ਬਹੁਤ ਅੱਛੀ ਆਵਾਜ਼ ਉਹਦੀ ਬਹੁਤ ਅੱਛੀ ਹੈ। ਤੇ ਕਿਉਂ ਨਹੀਂ ਇਸ ਪਾਸੇ ਖਾਨ ਸਾਹਿਬ, ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਪਾਇਆ? ਬਸ ਇਹ ਮੁਸ਼ਕਲ ਕੰਮ ਮੁਸ਼ਕਲ ਹੈ, ਕੰਮ ਮੁਸ਼ਕਲ ਹੈ ਜਾਂ ਇਹਦੇ ਵਿੱਚ ਆ ਕੇ ਤੇ ਪੈਸਾ ਕਮਾਉਣਾ ਮੁਸ਼ਕਲ ਹੈ? ਇਹ ਹੀ ਮੁਸ਼ਕਲ ਹੈ, ਇਹੀ ਮਤਲਬ ਹੈ, ਤੁਸੀਂ ਤਾਂ ਨਹੀਂ ਅੱਗੇ ਕੋਈ ਸਕੋਪ ਨਹੀਂ ਹੈ ਨਾ ਇਸ ਵਿੱਚ, ਤੁਸੀਂ ਕਿਹਾ ਕਿ ਛੱਡੋ ਇਹਨੂੰ, ਰੋਟੀ ਪਾਣੀ ਦਾ ਬੰਦੋਬਸਤ ਕਰੋ, ਮੁਲਾਜ਼ਮਤ ਕਰੋ, ਬਸ ਇਹ ਹੈ ਸਰ। ਤੇ ਕੀ ਕਰਦੇ ਨੇ ਛੋਟੇ ਭਾਈ? ਛੋਟੇ ਵੋਨ ਦਾ ਮੋਬਾਈਲ ਦਾ ਕੰਮ ਹੈ। ਅੱਛਾ। ਔਰ ਮੇਰੀ ਛੋਟੀ ਜਿਹੀ ਫੈਕਟਰੀ ਹੈ ਪਲਾਸਟਿਕ ਦੀ, ਪਲਾਸਟਿਕ ਹਾਂ, ਇਹ ਜੋ ਮਤਲਬ ਡਿਸਪੋਜ਼ੇਬਲ ਬੋਟਲਸ ਹੋਤੀ ਹੈਂ, ਇਸਕੋ ਹਮ ਕ੍ਰਸ਼ ਕਰਕੇ ਤੋ ਚਾਈਨਾ ਐਕਸਪੋਰਟ ਕਰਤੇ ਹੈਂ। अच्छा, चाइना एक्सपोर्ट कर, वहाँ से फिर वो उसकी जो चाइना की चीज़ें आजकल बनकर आ रही हैं, ये चीज़ चाइना की बनी है, वो दोबारा बना के भेजते हैं। तो उसमें कोई चीज़ जाया नहीं होती, क्या कौम है, अल्लाह सानू में होती कौम। अच्छा खान साहब, आपने कभी नहीं सोचा कि आप म्यूज़िक के साथ साथ कभी खुद गाएं भी, मैडम नूर जहाँ के साथ, नसीम बेगम के साथ, माला बेगम के साथ? मैं बेटे गाता रहा हूँ, गाने से शुरू हुआ हूँ मैं। अच्छा, एज ए क्लासिकल सिंगर। अच्छा, मैं क्लासिकल गाता रहा हूँ कलकत्ता बम्बे ये जितनी जगह पर गया। अच्छा, पाकिस्तान बनने के बाद गाने के लिए गया हूँ, ये मैंने वहाँ ही देखा था। अच्छा, बम्बे में संतूर बम्बे में देखा था मैंने। लेकिन फिर ज़्यादा आप फेमस ये म्यूज़िक के हवाले से हुए ना, फिल्मों में आ गया ना जी, फिल्म लाइन में आ गया मैं,
ਬਾਬਾ ਜੀ ਦੇ ਸਾਥ। ਬਾਬਾ ਜੀ ਦੇ ਬਾਰੇ ਦੱਸੋ, ਉਹਨਾਂ ਦੀ ਅਸੀਂ ਸੁਣਦੇ ਸਾਂ ਕਿ ਉਹ ਮਾਚਿਸ ਦੀ ਡੱਬੀ 'ਤੇ ਮਿਊਜ਼ਿਕ ਬਣਾ ਲੈਂਦੇ ਹੁੰਦੇ ਸਨ। ਮੈਂ ਬੜਾ ਹਿੱਟ ਮਿਊਜ਼ਿਕ ਦਿੱਤਾ। ਤੁਹਾਨੂੰ ਦੱਸਾਂ ਕਿ ਮੈਂ ਬੰਬੇ ਜ਼ਿਕਰ ਕੀਤਾ ਫਸਟ ਟਾਈਮ 53 ਮੈਂ ਗਏ ਫਸਟ ਟਾਈਮ ਤੇ ਉੱਥੇ ਮੈਂ ਜ਼ਿਕਰ ਕੀਤਾ ਨਸਾ ਸਾਹਿਬ ਸ਼ੰਕਰ ਜਾ ਕੇ ਸ਼ਨੀ ਸਾਰੇ ਮਿਲਣੇ ਕੇ ਲਈ ਹੋਟਲ 'ਤੇ ਆਇਆ ਮੈਂ ਪਾਕਿਸਤਾਨ ਸੇ ਗਏ ਹੋਏ ਸਾਮ ਤੋ ਮੈਨੇ ਐਸੇ ਪੁੱਛਾ ਮੈਨੇ ਕਿਹਾ ਜੈਸੇ ਹਮ ਆਪਕੋ ਪਸੰਦ ਕਰਤੇ ਹੈ ਕਿ ਯਾਰ ਨਸਾ ਸਾਹਿਬ ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਹੈ, ਸ਼ੰਕਰ ਜਾ ਕਿਸ਼ਨ ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਹੈ, ਆਪਕੋ ਪਾਕਿਸਤਾਨ ਮੈਂ ਕੋਈ ਆਦਮੀ ਐਸਾ ਪਸੰਦ ਹੈ ਜੋ ਆਪ ਜਿਸਕੀ ਤਾਰੀਫ ਦਿਲ ਸੇ ਕਰੇ ਤੋ ਇੱਕਦਮ ਉਹ ਆਪਣਾ ਸ਼ੰਕਰ ਜਾ ਕਿਸ਼ਨ ਦੋਨੋਂ ਦੋਸਤ ਭਾਈ ਨਹੀਂ ਥੇ ਦੋਸਤ ਸੇ ਸ਼ੰਕਰ ਜਾ ਕਿਸ਼ਨ ਦੋਸਤ ਨੇ ਆਪਣੇ ਦੋਸਤ ਸੇ ਦੋਸਤ ਹਾਂ ਤੋ ਇੱਕਦਮ ਉਹ ਬੋਲੇ ਕਿ ਜੀ ਬਾਬਾ ਚਿਸ਼ੀ ਸਾਹਿਬ ਕਾ ਜਵਾਬ ਨਹੀਂ। ਵਾਹ ਵਾਹ ਵਾਹ। ਔਰ ਨਸਾ ਸਾਹਿਬ ਨੇ ਵੀ ਤਾਰੀਫ ਕੀ ਬਾਬਾ ਔਰ ਵੀ ਲੋਕੋ ਨੇ ਜਿਤਨੇ ਵੀ ਲਟਾ ਨੇ ਤਾਰੀਫ ਕੀ ਔਰ ਮੈਂ ਇਹ ਤਾਰੀਫ ਕਰਦਾ ਹੂੰ ਕਿ ਜੋ ਵੀ ਉਹਨਾਂ ਨੇ ਗਾਣਾ ਬਣਾਇਆ ਉਹ ਹਿੱਟ ਹੋਆ ਉਹ ਫੇਲ ਨਹੀਂ ਹੋਇਆ ਫੇਲ ਨਹੀਂ ਹੋਇਆ ਨੋ ਵਾਹ ਵਾਹ। ਅਬ ਫਿਲਮ ਕੀ ਕਹਾਣੀ ਕੁਛ ਨਹੀਂ ਹੈ ਲੇਕਿਨ ਗਾਣੋ ਤਾਂ ਫਿਲਮ ਚੱਲ ਰਹੀ ਹੈ ਯੇ ਉਨਕਾ ਕਰੈਕਟਰ। ਅੱਛਾ ਆਪਕਾ ਕੈਸਾ ਟਾਈਮ ਗੁਜ਼ਰਾ ਉਨਕੇ ਸਾਥ ਕੋਈ ਬਹੁਤ ਅੱਛਾ ਮੈਂ ਮੁਝੇ ਬੇਟਾ ਬਣਾਇਆ ਹੁਆ ਤਾ। ਅੱਛਾ ਕੋਈ ਖੂਬਸੂਰਤ ਸਾ ਵਾਕਿਆ ਸੁਣਾਏ ਜੋ ਆਪਕੋ ਅਭੀ ਤੱਕ ਯਾਦ ਹੈ। ਬਸ ਕਿਆ ਮੈਂ ਆਪਕੋ ਬਤਾਉਂ ਕਿ ਮੇਰੇ ਸੇ ਪਿਆਰ ਇਤਨਾ ਕਰਤੇ ਥੇ ਕਿ ਮਾਂ ਬਾਪ ਵੀ ਇਤਨਾ ਪਿਆਰ ਨਹੀਂ ਕਰ ਸਕਤਾ। ਕਿਤਨਾ ਅਰਸਾ ਤੁਸੀਂ ਉਹਨਾਂ ਦੇ ਨਾਲ ਕੰਮ? 25 ਸਾਲ। 25 ਸਾਲ ਜੀ 25 ਸਾਲ ਗੁਜ਼ਾਰੇ ਨਾਲ ਉਹਨਾਂ ਨੇ ਆਪਣੀ ਕੁਰਸੀ ਛੱਡ ਦਿੱਤੀ ਸੀ ਕਿ ਇਹ ਆਪਕੀ ਕੁਰਸੀ ਹੈ ਅਬ ਮੈਂ ਨਹੀਂ ਬੈਠੂੰਗਾ ਯਾਰ ਔਰ ਨਹੀਂ ਬੈਠੇ ਔਰ ਮੇਰਾ ਇਹ ਕਰੈਕਟਰ ਆ ਕੇ ਮੈਂ ਰਾਤ ਦਿਨ ਗਾਣਾ ਬਣਾ ਕੇ ਪੈਸੇ ਲੈ ਕੇ ਪਾਰਟੀ ਸੇ ਸੁਬਹੇ 7 ਵਜੇ ਘਰ ਜਾਤਾ ਥਾ ਜਾ ਕੇ ਮੈਂ ਪੈਸੇ ਦਿੱਤਾ ਤੋ ਮੁਝੇ ਦੁਆ ਦਿੱਤੀ ਸੀ। ਬਹੁਤ ਬੜੇ ਆਦਮੀ ਸੀ ਐਸੇ ਘੱਟ ਬਹੁਤ ਕਮ ਮਿਊਜ਼ਿਕ ਡਾਇਰੈਕਟਰ ਐਸੇ ਹੋਣਗੇ ਬਾਬਾ ਜੀ ਇਹ ਚਿੱਠੀ ਜੈਸੇ ਅਤੇ ਮੈਡਮ ਤਾਂ ਜ਼ਾਹਿਰ ਉਹਨਾਂ ਦਾ ਤਾਂ ਕੋਈ ਜੋੜ ਹੀ ਨਹੀਂ ਮਹਿੰਦੀ ਸਾਹਿਬ ਨੂੰ ਨਹੀਂ ਛੱਡੋ ਬਾਕੀ ਅਖਲਾਕ ਅਹਿਮਦ ਸਾਹਿਬ ਉਸ ਵੇਲੇ ਹੁੰਦੇ ਸਨ ਮੈਂ ਅਹਿਮਦ ਰੁਸ਼ਦੀ ਸਾਹਿਬ ਮਸੂਦ ਰਾਣਾ ਸਾਹਿਬ ਇਹ ਇਨਕਾ ਆਪਣਾ ਆਪਣਾ ਇਹਨਾਂ ਦੇ ਬਾਰੇ 'ਚ ਕੀ ਕਹੋਗੇ ਕਿ ਸਟਾਈਲ ਹੈ ਆਪਣਾ ਆਪਣਾ ਹਰ ਬੰਦੇ ਦਾ ਆਪਣਾ ਸਟਾਈਲ ਅਤੇ ਕਿਹਨਾਂ ਦੇ ਨਾਲ ਜ਼ਿਆਦਾ ਮਜ਼ਾ ਆਉਂਦਾ ਸੀ ਗਾਣੇ ਨੂੰ ਜਲਦੀ ਪਿੱਕ ਕੌਣ ਕਰਦਾ ਸੀ ਇਹਨਾਂ 'ਚ? ਮਸੂਦ ਜਾਵਰ ਮਸੂਦ ਰਾਣਾ ਸਾਹਿਬ ਉਹ ਜਲਦੀ ਯਾਦ ਕਰ ਲੈਂਦਾ ਪੜ੍ਹਿਆ ਲਿਖਿਆ ਮੁੰਡਾ ਸੀ। ਅੱਛਾ ਹਾਂ ਉਹ ਮਤਲਬ ਪੜ੍ਹੇ ਲਿਖੇ ਅਤਾਈ ਕਹਿ ਦਿਓ ਜਿਵੇਂ ਅਸੀਂ ਕਹਿੰਦੇ ਹਾਂ ਅਤਾਈਆਂ 'ਚ ਸਨ ਪੜ੍ਹੇ ਲਿਖੇ ਸੀ ਤੋ ਜਲਦੀ ਯਾਦ ਕਰ ਲੈਂਦਾ ਸੀ। ਅੱਛਾ ਜ਼ੁਬਾਨੀ ਯਾਦ ਕਰਕੇ ਗਾਣਾ ਗਾਉਂਦਾ ਸੀ। ਅੱਛਾ ਜ਼ੁਬਾਨੀ ਹਾਂ ਪੇਪਰ 'ਤੇ ਨਹੀਂ ਗਾਣਾ ਗਾਉਂਦਾ ਸੀ ਜ਼ੁਬਾਨੀ ਯਾਦ ਕਰਕੇ ਗਾਉਂਦਾ। ਅੱਛਾ ਇਹ ਤਾਰੀਫ ਸੀ ਉਹਨਾਂ ਦੀ। ਅੱਛਾ ਖਾਨ ਸਾਹਿਬ ਕਿੰਨਾ ਅਸਰ ਆਪਕੇ ਉੱਪਰ ਪੜਤਾ ਹੈ ਮਿਊਜ਼ਿਕ ਕਾ ਆਪਕੀ ਸ਼ਖਸੀਅਤ 'ਤੇ ਕੈਸਾ ਅਸਰ ਪੜਤਾ ਹੈ ਮਿਊਜ਼ਿਕ ਕਾ? ਬਹੁਤ ਅੱਛਾ ਕਿ ਅਗਰ ਆਪ ਉਦਾਸ ਹੈਂ ਔਰ ਆਪ ਕੋਈ ਖੁਸ਼ੀ ਕਾ ਮਿਊਜ਼ਿਕ ਸੁਣੇ ਤੋ ਆਪਕੀ ਉਦਾਸੀ ਕੁਛ ਕਮ ਹੋ ਸਕਤੀ ਹੈ? ਹਾਂ ਬਿਲਕੁਲ ਕਮ ਹੋਤੀ ਹੈ। ਫਨਕਾਰ ਕਭੀ ਉਦਾਸ ਨਹੀਂ ਹੋਤਾ। ਜੇ ਬੇਟੇ ਮੈਂ ਆਪਕੋ ਬਤਾਊਂ ਜਿਸਕਾ ਨਾਮ ਫਨ ਜੈਸੇ ਆਪ ਹੈ ਆਪ ਹੈ ਫਨਕਾਰ ਕਭੀ ਉਦਾਸ ਨਹੀਂ ਹੋਤਾ। ਉਦਾਸ ਹੈ ਕਰ ਦਿੰਦੇ ਨੇ ਪੇਮੈਂਟਾਂ ਮਾਰ ਕੇ। ਹਾਂ ਇਹ ਉਦਾਸ ਹੈ ਪੇਮੈਂਟਾਂ ਮਾਰ ਕੇ ਉਦਾਸ ਕਰ ਫਨਕਾਰ ਨੂੰ। ਹਾਂ ਫਨਕਾਰ ਨੂੰ ਪੈਸਿਆਂ ਤੋਂ ਇਹ ਉਦਾਸ ਕਰਦੇ। ਹਾਂ ਹੋਰ ਕਿਸੇ ਪਾਸੋਂ ਨਹੀਂ ਅਸੀਂ ਕੰਮ ਕਰਨੇ ਨੇ ਪੈਸੇ ਨਹੀਂ ਮਿਲਦੇ। ਲੇਕਿਨ ਖਾਨ ਸਾਹਿਬ ਹਮਨੇ ਤੋ ਕਭੀ ਆਪਕੋ ਇਸ ਤਰ੍ਹਾਂ ਪੁੱਛਾ? ਨਹੀਂ 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 ਆਪ ਗੁੱਡ ਬਸ ਫੇਮ ਇਸ ਮੌਜੂਦ ਬਾਤ ਹੋ ਗਈ। ਲੇਕਿਨ ਮੁਝੇ ਪੇਮੈਂਟਾਂ ਦੇ ਆਂਦੀਆਂ ਇੰਨਾ ਜ਼ਾਹਿਰ ਤਾਂ ਦੀ ਸਾਰੇ ਕੰਮ ਕਰਦੇ। ਹਾਂ ਲੇਕਿਨ ਇੱਕ ਪੇਮੈਂਟ ਵੱਲੋਂ ਪਰੇਸ਼ਾਨੀ ਹੁੰਦੀ ਹੈ ਫਨਕਾਰ ਨੂੰ ਸਿਰਫ ਹੋਰ ਕੋਈ ਨਹੀਂ। ਕੀ ਵਜ੍ਹਾ ਹੈ ਕਿ ਹਮਾਰੇ ਹਾਂ ਇਤਨੀ ਫਨ ਕੀ ਕਦਰ ਕੀ ਨਹੀਂ ਕੀ ਜਾਤੀ ਜਿਤਨਾ ਸਰਹੱਦ ਪਾਰ ਕੀ ਜਾਤੀ ਹੈ? ਬਸ ਇਹ ਬੇਟੇ ਇਹ ਹੈ ਕਿ ਫਨ ਕੀ ਕਦਰ ਤੋਂ ਇਨਕੋ ਹੈ ਹੈ ਲੇਕਿਨ ਵਹੀ ਬਾਤ ਹੈ। ਹਾਂ ਸਾਹਿਬ ਬਹਾਦਰ ਵਾਲੀ ਕੇ ਉਹ ਪੈਸੋਂ ਸੇ ਘਬਰਾਤੇ ਹੈ ਕਿ ਹਮ ਪੈਸੇ ਦੇ ਫਰੀ ਸੁਣਾਤੇ ਰਹੋ ਪੁੱਛ ਰਹੇਗੀ ਸੁਣਤੇ ਰਹੇਗੀ ਪੈਸੇ ਦੀ ਗੱਲ ਆਏਗੀ ਤਾਂ ਫਿਰ ਉਹ ਉੱਥੇ ਘਬਰਾ ਜਾਣਗੇ। ਅਤੇ ਇਹ ਇਹ ਸੋਚਣਾ ਚਾਹੀਦਾ ਨਾ ਸੁਣਨ ਵਾਲਿਆਂ ਨੂੰ ਕਿ ਜੇ ਜਿਹੜਾ ਇਹ ਬੱਸ ਸਾਹਮਣੇ ਬੈਠਿਆ ਪਰਫਾਰਮ ਕਰ ਰਿਹਾ ਉਹਦਾ 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 ਕਾਰੋਬਾਰ ਹੀ ਹੈ ਉਹਦਾ ਕਾਰੋਬਾਰ ਹੈ ਉਹਦਾ ਹੀ ਕਾਰੋਬਾਰ। ਹੁਣ ਇੱਕ 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 ਦੁਕਾਨਦਾਰ ਦਾ ਕਾਰੋਬਾਰ ਹੈ ਅਤੇ ਅਸੀਂ ਜਾ ਕੇ ਉਹਦੇ ਕੋਲੋਂ ਮੁਫਤ ਚੀਜ਼ ਤਾਂ ਨਹੀਂ ਲੈ ਸਕਦੇ ਨਾ ਉਹਨੇ ਦੇਣਾ ਉਹਨੇ ਇਤਨਾ ਕਰਨਾ ਕਿ 20 ਰੁਪਏ ਦੀ ਚੀਜ਼ ਜਿਹੜੀ ਉਹ 17 ਦੀ ਦੇ ਦੇਣੀ ਅਤੇ ਪ੍ਰੋਫਿਟ ਨਹੀਂ ਲੈਣਾ। ਲੇਕਿਨ ਸਾਡਾ ਉਹ ਕੰਮ ਹੈ ਕਿ ਅਗਲੇ ਕਹਿੰਦੇ ਨੇ ਫ੍ਰੀ ਕਰ ਦਿਓ ਫ੍ਰੀ ਕਰ ਦਿਓ ਭਾਈ ਤੁਹਾਡੀ ਭਾਬੀ ਵੀ ਆ ਰਹੇ ਨੇ ਜੀ ਡਰਾਮੇ 'ਚ ਅੱਗੇ ਦੋ ਸੀਟਾਂ ਹੋਣੀਆਂ ਚਾਹੀਦੀਆਂ ਮਤਲਬ ਇਹ ਕੀ ਗੱਲ ਹੋਈ ਅਗਲੀਆਂ ਜਿਹੜੀਆਂ ਮਹਿੰਗੀਆਂ ਸੀਟਾਂ ਨੇ ਉਹ ਤੁਹਾਡੀ ਭਾਬੀ ਵੀ ਨਾਲ ਹੋਏਗੀ ਤੇ ਜ਼ਰਾ ਅੱਗੇ 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 ਬਹਿਣਾ ਦੋ ਸੀਟਾਂ ਅੱਗੇ। ਅੱਛਾ ਆਪ ਆਪਣੇ ਮਿਊਜ਼ਿਕ ਸੇ ਲੋਕੋ ਕੋ ਐਂਟਰਟੇਨ ਕਰਤੇ ਹੈ ਲੇਕਿਨ ਜਬ ਆਪਕਾ ਫਾਰਿਗ ਟਾਈਮ ਹੋਤਾ ਹੈ ਤੋ ਆਪ ਕਿਸ ਚੀਜ਼ ਸੇ ਖੁਸ਼ ਹੋਤੇ ਹੈ ਕਿਸ ਚੀਜ਼ ਕੌਨ ਸੀ ਚੀਜ਼ ਆਪਕੋ ਐਂਟਰਟੇਨ ਕਰਤੀ ਹੈ? ਮੈਂ ਕਿਤਾ ਇਸਕੀ ਕਿਤਾਬੇ ਪੜ੍ਹਤਾ ਹੂੰ ਕਿਤਾਬੇ ਪੜ੍ਹਤੇ ਹੈ ਇਸਕੀ ਕਿਤਾਬੇ ਪੜ੍ਹਤਾ ਹੂੰ ਇਸੇ ਯਾਦ ਕਰਤਾ ਹਲੇ ਵੀ ਤੁਸੀਂ ਮਿਊਜ਼ਿਕ ਦੀਆਂ ਕਿਤਾਬਾਂ ਪੜ੍ਹਦੇ ਹੋ? ਬਿਲਕੁਲ ਬਿਲਕੁਲ ਨਵੇਂ ਕੁੜੀਓ ਮੁੰਡਿਓ
ਐਜੂਕੇਸ਼ਨ ਤੇ ਤਾਲੀਮ ਤੇ ਲੈਣੀ ਚਾਹੀਦੀ ਹੈ। ਹਲੇ ਤੱਕ ਤੁਸੀਂ ਇਹਦੀ ਮਿਊਜ਼ਿਕ ਦੀ ਕਿਤਾਬ ਵੀ ਪੜ੍ਹ ਦੇਖੋ ਨਾ ਕਿ ਆਸ਼ਿਕ ਜੱਟ ਜੈਸਾ ਸਿੰਗਰ ਜੋ ਸਿੰਗਰ ਨਹੀਂ ਬਣ ਸਕਦਾ ਸਾ ਇਹ ਐਕਟਰ ਸਾ ਥੀਏਟਰ ਕਾ ਥੀਏਟਰ ਦੇ ਐਕਟਰ ਬਿਲਕੁਲ ਥੀਏਟਰ ਮੇ ਕੰਮ ਕਰਤਾ ਸਾ ਹਾਂਜੀ ਤੋ ਮੁਝੇ ਰੋਜ਼ਾਨਾ ਆ ਕੇ ਇਹ ਕਹਿਣਾ ਕਿ ਖਾਨ ਸਾਹਿਬ ਮੁਝੇ ਸਿੰਗਰ ਬਣਾ ਦਿਓ ਮੈਨੂੰ ਸਿੰਗਰ ਬਣਾ ਦਿਓ ਕੈਸੇ ਹੋਏ ਨੇ ਮੈਨੂੰ ਸਿੰਗਰ ਬਣਾ ਦਿਓ 2 ਸਾਲ ਇਹ ਕਹਿੰਦਾ ਰਿਹਾ ਅਤੇ ਐਵਨ ਨੂੰ ਮੈਂ ਗਾਣਾ ਕਰਦਾ ਸੀ ਅਤੇ ਆਖ ਬਾਹਰ ਬੈਠਾ ਕੁਰਸੀ ਲਾ ਕੇ ਦੇਖ ਲਓ ਖਾਨ ਸਾਹਿਬ ਮੈਨੂੰ ਕਿੰਨਾ ਚਿਰ ਹੋਇਆ ਤੁਸੀਂ ਮੇਰੀ ਗੱਲ ਨਹੀਂ ਮੰਨੀ ਗਾਣਾ ਕਰਦਿਆਂ ਕਰਦਿਆਂ ਮੈਂ ਉਹ ਮੇਰੀ ਜਿੰਟ ਪੁਰਾਣੇ ਇਹ ਫੋਕ ਗਏ ਨੇ ਇਹ ਜਿਹੜੇ ਗਾਣੇ ਉਹਦੇ ਕੋਲ ਮੈਂ ਲਾਏ ਨੇ ਪੁਰਾਣੇ ਗਾਣੇ ਫੋਕ ਗਏ ਨੇ ਫੋਕ ਹਾਂ ਉਹ ਪਹਿਲਾਂ ਗਾਣਾ ਮੇਰੇ ਜਿੰਟ ਆਇਆ ਕਰਿਆ ਬਾਹਰ ਦਿਖਾ ਲਏ ਮੈਂ ਕਿਹਾ ਯਾਰ ਇਹਦੇ ਕੋਲ ਲੈਂਦੇ ਗਾਣਾ ਖਤਮ ਹੋਇਆ ਪੇਮੈਂਟ 6 ਮਿੰਟ ਮੈਂ ਕਰਕੇ ਮੈਂ ਕਿਹਾ ਯਾਰ ਸਵੇਰੇ ਰਸ ਸਿਆ ਓਹੋ ਅੱਡੀਆਂ ਉੱਚੀਆਂ ਕਰੀਆਂ ਨਹੀਂ ਮੈਂ ਰਸ ਮੈਂ ਉਹ ਨਹੀਂ ਰਸ ਮੈਂ ਕਿਹਾ ਆਹ ਯਾਰ ਮੈਂ ਤੈਨੂੰ 4 ਦਿਨ ਤੋਂ ਬਾਅਦ ਰਿਕਾਰਡ ਕਰ ਦੇਣਾ ਉਹ ਰਿਕਾਰਡ ਕੀਤਾ ਉਸ ਤੋਂ ਬਾਅਦ ਜਿਹੜਾ ਗਾਣਾ ਇੱਥੇ ਹੋ ਗਿਆ ਉਹ ਰਿਕਾਰਡ ਹੀ ਇੱਥੇ ਹੋ ਗਿਆ ਸਾਰੀ ਜ਼ਿੰਦਗੀ ਦੇ ਇੰਡਸਟਰੀ ਚ ਔਰ ਇਹਨਾਂ ਨੇ ਇੰਡਸਟਰੀ ਚ ਉਹ ਇੰਡਸਟਰੀ ਦਾ ਟਾਈਮ ਦੇਖਿਆ ਜਦੋਂ ਘਰ ਦਾ ਟਾਈਮ ਬੜਾ ਮੁਸ਼ਕਿਲ ਹੁੰਦਾ ਸੀ ਆਰਟਿਸਟਾਂ ਦੇ ਕੋਲ ਫਿਰ ਜਿਸ ਫੀਲਡ 'ਚ ਇਹ ਸਨ ਤਾਂ ਫਿਰ ਤਾਂ ਬਹੁਤ ਹੀ ਮੁਸ਼ਕਿਲ ਸੀ ਨਾ ਐਕਟਰ ਤਾਂ ਹੈ ਨਾ ਕਿ ਇੱਕ ਸ਼ਿਫਟ ਕਰਕੇ ਚਲੇ ਗਏ ਜੀ ਇਹਨਾਂ ਨੇ ਤਾਂ 24 ਘੰਟੇ ਇੱਕ ਗਾਣਾ ਬਣਾਉਣਾ ਦੂਸਰਾ ਬਣਾਉਣਾ ਉਹਦਾ ਅਰੇਂਜਮੈਂਟ ਕਰਨਾ ਉਹਨੂੰ ਰਿਕਾਰਡ ਮਹੀਨਾ ਕਰ ਨਹੀਂ ਗਏ ਰਿਹਰਸਲ ਕਰਾਉਣੀ ਉਹਨੂੰ ਇੱਕ ਮਹੀਨਾ ਕਰ ਨਹੀਂ ਗਏ ਟਾਈਮ ਨਹੀਂ ਮਿਲਿਆ ਇੱਕ ਮਹੀਨਾ ਨਹੀਂ ਗਏ ਮਹੀਨਾ ਨਹੀਂ ਕਰ ਗਏ ਅਬ ਕਿਉਂਕਿ ਰਮਜ਼ਾਨ ਸ਼ਰੀਫ ਹੈ ਰੋਜ਼ੇ ਹੈ ਅਤੇ ਜ਼ਿਆਦਾ ਕੰਮ ਹੋ ਜਾਂਦਾ ਸੀ ਇੱਥੇ ਫਿਲਮਾਂ ਲੱਗਣੀਆਂ ਤਾਂ ਕੰਮ ਜ਼ਿਆਦਾ ਹੈ ਕੰਮ ਜ਼ਿਆਦਾ ਹੋ ਜਾਂਦਾ ਸੀ ਉਹ ਫਿਰ ਡੇ ਨਾਈਟ ਰਾਤ ਨੂੰ ਬੈਕਗਰਾਊਂਡ ਹੋ ਰਿਹਾ ਸਵੇਰੇ ਗਾਣੇ ਹੋ ਰਹੇ ਨੇ ਰਾਤ ਨੂੰ ਬੈਕਗਰਾਊਂਡ ਹੋ ਰਿਹਾ ਤੁਹਾਨੂੰ ਕੋਈ ਸ਼ਿਕਾਇਤ ਕੋਈ ਨਹੀਂ ਕਿ ਨਹੀਂ ਬਾਲਾ ਸਾਹਿਬ ਨੇ ਟਾਈਮ ਨਹੀਂ ਦਿੱਤਾ ਸਰ ਇਹਨਾਂ ਨੇ ਸਾਨੂੰ ਜਿੰਨਾ ਵੀ ਟਾਈਮ ਦਿੱਤਾ ਨਾ ਬਹੁਤ ਅੱਛਾ ਦਿੱਤਾ ਅਗਰ ਇਹ ਸਾਨੂੰ ਉੱਥੋਂ ਸਟੂਡੀਓ ਤੋਂ 8 ਦਿਨ ਤੋਂ ਬਾਅਦ ਘਰ ਆਏ ਨੇ ਲੇਕਿਨ ਸਾਨੂੰ ਇਹਨਾਂ ਨੇ ਆ ਕੇ ਪਿਆਰ ਇੰਨਾ ਕੀਤਾ ਕਿ ਸਾਨੂੰ 8 ਦਿਨ ਭੁੱਲ ਗਏ ਨੇ ਉਹ ਸਾਨੂੰ ਇਹਨਾਂ ਨੇ 1 ਦਿਨ ਜਾਂ 2 ਦਿਨ ਸਾਡੇ ਕੋਲ ਰਹੇ ਨੇ ਛੁੱਟੀ ਕਰਕੇ ਕਿਉਂਕਿ ਕੰਮ ਇੰਨਾ ਹੁੰਦਾ ਸੀ ਕਿ ਟਾਈਮ ਹੀ ਨਹੀਂ ਸੀ ਹੁੰਦਾ ਇਹਨਾਂ ਵੈਸੇ ਤਾਂ ਸਾਰੇ ਦੁਨੀਆ ਦੇ ਮਾਂ ਬਾਪ ਜਿੰਨੇ ਨੇ ਸਾਰੇ ਆਪਣੇ ਬੱਚਿਆਂ ਨਾਲ ਕਰਦੇ ਨੇ ਲੇਕਿਨ ਇਹਨਾਂ ਨੇ ਸਾਡੇ ਨਾਲ ਅੱਜ ਤੱਕ ਨਾ ਮੈਨੂੰ ਇਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਯਾਦ ਆਪਣੇ ਬਚਪਨ ਦੇ ਵਿੱਚ ਅੱਜ ਤੱਕ ਕਿ ਇਹਨਾਂ ਨੇ ਮੈਨੂੰ ਥੱਪੜ ਤੱਕ ਨਹੀਂ ਮਾਰਿਆ ਕਿਸੇ ਬਲਕਿ ਕਿਸੇ ਅਸੀਂ 2 ਭਾਈ ਅਤੇ 5 ਭੈਣਾਂ ਸੀ ਸਾਨੂੰ ਕਿਸੇ ਨੂੰ ਨਹੀਂ ਮਾਰਿਆ ਉਹਨਾਂ ਨੇ ਪਿਆਰ ਹੀ ਕੀਤਾ ਜੋ ਮੰਗਿਆ ਜੋ ਖਾਣਾ ਜੋ ਮਤਲਬ ਕਿ ਅਸੀਂ ਇਹਨਾਂ ਨੂੰ ਕਿਹਾ ਗਿਆ ਖਾਣਾ ਅਸੀਂ ਬੜੇ ਸੈਂਸਿਟਿਵ ਲੋਕ ਹੋ ਗਏ ਇਸ ਤਰ੍ਹਾਂ ਕਰਕੇ ਨਾ ਫਨਕਾਰ ਦੇ ਉਹ ਛੋਟੇ ਛੋਟੇ ਹੁੰਦੇ ਨੇ ਨਾਜ਼ੁਕ ਜਿਹੇ ਹੁੰਦੇ ਨੇ ਔਰ ਮਿਊਜ਼ਿਕ ਦਾ ਫਨਕਾਰ ਜਿਹੜਾ ਔਰ ਜਿਹੜਾ ਮਿਊਜ਼ਿਕ ਤੋਂ ਬਕਾਇਦਾ ਜਿਹਨੇ ਪੜ੍ਹਿਆ ਹੋਵੇ ਉਹ ਤੇ ਉਹ ਕਿੰਨਾ ਨਰਮ ਦਿਲ ਹੋਏ ਔਰ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ ਮੈਂ ਸਵੇਰੇ ਗੱਡੀ ਲੈ ਕੇ ਜਿਸਲੇ ਜਾਣਾ ਤੇ ਇਹਨਾਂ ਨੇ ਖਲੋ ਜਾਣਾ ਉੱਥੇ ਕਿ ਬਕਾਇਦਾ ਕਦੋਂ ਆਏਗਾ ਕਿੰਨੇ ਵਜੇ ਆਏਗਾ ਅਗਰ ਮੈਂ ਲੇਟ ਹੋ ਗਿਆ ਪਿੱਛੋਂ ਫੋਨ ਕਰੇ ਜਾਵਾਂਗੇ ਪੁੱਛ ਪਰੇਜ਼ ਕੋਲੋਂ ਕਿੱਥੇ ਆਇਆ ਅੱਛਾ ਪਰਵੇਜ਼ ਸਾਹਿਬ ਅੱਗੇ ਆਪਕਾ ਕੋਈ ਇਰਾਦਾ ਹੈ ਫਿਲਮ ਵਗੈਰਾ ਬਣਾਉਣ ਦਾ ਤੋਂ ਬਾਅਦ ਆ ਕੇ ਪੁੱਛਨੇ ਇਰਾਦਾ ਬ੍ਰੇਕ ਦਾ ਵੇਲਾ ਹੋ ਗਿਆ ਜ਼ਰਾ ਜੀ ਜੀ ਸਟੇ ਟਿਊਨਡ ਵੀਲ ਬੀ ਬੈਕ ਸੂਨ ਬਾਜੀ ਹੱਸਦੇ ਵਸਦੇ ਰਹੋ ਤੇ ਵੇਖਦੇ ਰਹੋ ਆਪਣਾ ਚੈਨਲ ਆਪਣਾ ਆਪਣਾ अगेन यू आर वॉचिंग मॉर्निंग विद रैम्बो एंड साहिबा और हमारे साथ हैं खान साहब और परवेज खान साहब अच्छा एक गल मेरे ज़हन में चाहिए तुझे पूछना चाहते हो मैं कुछ पूछना चाह रही हूँ तुझे पूछो पहले कोई ऐसा गाना आपने कंपोज किया हो जो आप कंपोज करते हुए आपकी आंखों में आंसू आ गए क्योंकि जैसे आप उस्ताद लोग हैं बड़े गहराई में जाके म्यूजिक कंपोज करते हैं वो बड़ी बात यह है कि बैठे अब यहाँ बैठ कर मैं अगर गाना बनाऊँगा जी जी आंसू तो नहीं आएंगे लेकिन अंदर का दिल जो वो ਸਟਾਰਟ ਹੋ ਰਿਹਾ ਹੋਤਾ ਹੈ ਕਦੇ ਆਂਸੂ ਪੂਰੀ ਫੀਲਿੰਗਸ ਆਤੀ ਹੈ ਹਾਂ ਬਸ ਜਵਾਬ ਬਣਾ ਕੇ ਹੈ ਫੀਲਿੰਗ ਹੁੰਦੀ ਹੈ ਤਾਂ ਆਪਕੇ ਕੌਣ ਹੈ ਸ਼ਾਗਿਰਦੋਂ ਮੇਂ ਸੇ ਕਿਸ ਕਿਸ ਕੋ ਸਿਖਾਇਆ ਆਪਨੇ ਮੈਨੇ ਆਪਕੋ ਬਤਾਇਆ ਕਿ ਮੈਨੇ ਰਿਕਾਰਡਿੰਗ ਸਭ ਕੀਤੀ ਹੈ ਨੂਰ ਜਾਂ ਸੇ ਦੇ ਕੇ ਜੀ ਜੀ ਅੱਛਾ ਨਸ਼ੀਮ ਬੇਗਮ ਨਜ਼ੀਰ ਬੇਗਮ ਵਾਲਾ ਬੇਗਮ ਆਇਰਨ ਪਰਵੀਨ ਹਾਂ ਜੀ ਔਰ ਕੀ ਨਾਮ ਉਸਕਾ ਇਹ ਮਸੂਦ ਵਾਲਾ ਔਰ ਰਾਜ ਕਜਟ ਔਰ ਇਹ ਆਪਣਾ ਕੀ ਨਾਮ ਅਨਾਸ਼ਨ ਭੱਟੀ ਇਨਮੇ ਸੇ ਸਭ ਸੇ ਜ਼ਿਆਦਾ ਟਾਈਮ ਕਿਸ ਕੇ ਸਾਥ ਗੁਜ਼ਰਾ ਆਪਕਾ ਜ਼ਿਆਦਾ ਟਾਈਮ ਮੈਡਮ ਕੇ ਸਾਥ ਜ਼ਿਆਦਾ ਮੈਡਮ ਕੇ ਸਾਥ ਮੈਡਮ ਦੇ ਨਾਲ ਜ਼ਿਆਦਾ ਬਹੁਤ ਸ਼ਾਮ ਨੁਸਰਤ ਫਤਿਹ ਅਲੀ ਸਾਹਿਬ ਦੀ ਰਿਕਾਰਡਿੰਗ ਪਹਿਲੇ ਉਹਨਾਂ ਨੇ ਉਹ ਮੈਂ ਕੀ ਅੱਛਾ ਸ਼ਾਦੀ ਆਪਣੀ ਮਰਜ਼ੀ ਦੀ ਕੀਤੀ ਸੀ ਨਹੀਂ ਨਹੀਂ ਮਾਂ ਬਾਪ ਦੀ ਮਰਜ਼ੀ ਮਾਂ ਬਾਪ ਮਾਂ ਬਾਪ ਦੀ ਮਰਜ਼ੀ ਦਾ
ਉਸ ਜਦੋਂ ਸ਼ਾਦੀ ਹੋਈ ਉਸ ਵੇਲੇ ਕੀ ਕਰ ਰਹੇ ਸੋ ਮਿਊਜ਼ਿਕ ਦੇ ਵਿੱਚ ਹੀ ਸੀ ਉਹ ਕੰਮ ਕਰਦਾ ਸੀ ਉਸ ਵਕਤ ਗਾਉਂਦਾ ਸੀ ਮੈਂ ਅੱਛਾ ਐਜ਼ ਅ ਸਿੰਗਰ ਕਲਾਸਿਕਲ ਕਲਾਸਿਕਲ ਗਾਉਂਦੇ ਸੀ ਅੱਛਾ ਤੇ ਸ਼ਾਦੀ ਤੋਂ ਬਾਅਦ ਮਿਊਜ਼ਿਕ ਡਾਇਰੈਕਟਰ ਹੋਏ ਔਰ ਸਾਰਾ ਕੁਝ ਇਹ 68 ਚ ਮੈਂ ਬੰਬੇ ਤੋਂ ਆ ਕੇ ਇੱਥੇ ਆਇਆ ਤੇ ਸ਼ਾਦੀ ਕਿਸ ਸਾਲ ਵਿੱਚ ਹੋਈ ਸੀ ਮੇਰੀ ਸ਼ਾਦੀਆਂ ਦੋ ਹੋਈਆਂ ਸੀ ਪਹਿਲੇ ਇੱਕ ਹੋਈ ਅੱਛਾ ਜੀ ਪਹਿਲੇ ਸੀ ਹਾਂ ਤੇ ਇਹ ਸ਼ਾਦੀ ਉਹ 66 ਜਾਂ 7 ਚ ਹੋਈ ਸੀ ਅੱਛਾ ਦੂਸਰੀ ਸ਼ਾਦੀ ਜਿਹੜੀ 67 ਜਾਂ 60 68 ਚ ਹੋਈ ਹਾਂ ਬਸ ਠੀਕ ਅੱਛਾ ਬ੍ਰੇਕ 'ਤੇ ਜਾਣ ਤੋਂ ਪਹਿਲੇ ਮੈਂ ਆਪਸੇ ਪੁੱਛ ਰਹੀ ਸੀ ਕਿ ਅਬ ਕੋਈ ਇਰਾਦਾ ਨਹੀਂ ਤੁਹਾਡੇ ਸਾਹਿਬ ਆਪਕਾ ਫਿਲਮ ਵਗੈਰਾ ਜੀ ਬਿਲਕੁਲ ਬਣਾਣੀ ਹੈ ਕਿਉਂਕਿ ਜਦ ਹਮਨੇ ਫਿਲਮ ਬਣਾਈ ਥੀ ਖਾਨ ਸਾਹਿਬ ਕੋ ਪਤਾ ਹੈ ਕਿ ਹਮੇ ਸਾਰਾ ਲਾਸ ਹੀ ਹੋ ਗਿਆ ਉਸ ਨੂੰ ਪਤਾ ਵੀ ਨਹੀਂ ਸੀ ਉਹ ਪਤਾ ਐਕਸਪੀਰੀਅੰਸ ਨਹੀਂ ਤਾਂ ਹਮਾਰੇ ਪਾਸ ਇਤਨਾ ਤੋ ਉਸ ਮੇਂ ਬਹੁਤ ਜ਼ਿਆਦਾ ਮਤਲਬ ਬਜਟ ਵੀ ਓਵਰ ਹੋ ਗਿਆ ਤੋ ਉਹ ਲਾਸ ਹੋ ਗਿਆ ਤੋ ਇਨਸ਼ਾਅੱਲਾ ਦੁਬਾਰਾ ਇਰਾਦਾ ਹੈ ਕਿਉਂਕਿ ਇਹ ਸੁਣਾ ਅਬ ਸਿਰਫ ਇਹ ਇੰਤਜ਼ਾਰ ਕਰ ਰਹੇ ਹਾਂ ਕਿ ਅੱਛਾ ਮਾਹੌਲ ਆਏ ਅੱਛਾ ਟ੍ਰੈਂਡ ਆਏ ਕੋਈ ਚੇਂਜ ਆਏ ਥੋੜਾ ਸਾ ਐਕਸ਼ਨ ਫਿਲਮਾਂ ਸੇ ਹਟ ਕੇ ਚੇਂਜ ਹਮਨੇ ਲੈ ਕਰ ਆਣਾ ਵਹੀ ਤੋ ਆਪ ਜੋ ਆਪ ਦਾ ਦੌਰ ਥਾ ਕਿ ਕਾਮੇਡੀ ਵੀ ਹੈ ਮਿਊਜ਼ੀਕਲ ਵੀ ਹੈ ਵਹੀ ਦੌਰ ਆਏ ਤੋ ਇਨਸ਼ਾਅੱਲਾ ਤਾਲਾ ਖਾਨ ਸਾਹਿਬ ਹਮਾਰੇ ਪਾਸ ਹੈ ਹਮ ਤੋ ਇਨਕੋ ਹੀ ਇਨਕੇ ਪਾਸ ਹੀ ਜਾਏਂਗੇ ਕਿ ਖਾਨ ਸਾਹਿਬ ਆ ਗਿਆ ਦੌਰ ਤੇ ਸਾਡੀ ਫਿਲਮ ਕਰੋ ਇਨਸ਼ਾਅੱਲਾ ਇਹ ਪੁੱਟਾ ਹੀ ਰਹੇਗਾ ਕਿ ਹਮਨੇ ਬਣਾਏਂਗੇ ਫਿਲਮ ਜੀ ਅੱਛਾ ਜਦੋਂ ਮੈਂ ਤੁਹਾਡੇ ਨਾਲ ਫਿਲਮ ਕੀਤੀ ਸੀ ਉਦੋਂ ਮੈਨੂੰ ਤੁਹਾਡਾ ਨਹੀਂ ਪਤਾ ਸੀ ਕਿ ਕਿੱਡੀ ਵੱਡੀ ਸ਼ਖਸੀਅਤ ਦੇ ਨਾਲ ਕੰਮ ਕਰ ਰਹੇ ਹਾਂ ਇੱਕ ਤਾਂ ਉਹਦੇ ਵੇਲੇ ਟਾਈਮ ਨਹੀਂ ਇੰਨਾ ਹੁੰਦਾ ਸੀ 35-40 ਫਿਲਮਾਂ ਸਾਲ ਦੀਆਂ ਦੜ ਬਸ ਇਤਨਾ ਪਤਾ ਸੀ ਕਿ ਮਿਊਜ਼ਿਕ ਦੇ ਨਾਲ ਤਾਂ ਤੁਸੀਂ ਰਹੇ ਹੋ ਔਰ ਬੜੀ ਖਿਦਮਤ ਕੀਤੀ ਹੈ ਲੇਕਿਨ ਮੈਨੂੰ ਅੱਜ ਪ੍ਰੋਗਰਾਮ ਕਰਕੇ ਪਤਾ ਲੱਗਿਆ ਕਿ ਕਿੱਡੀ ਵੱਡੀ ਸ਼ਖਸੀਅਤ ਦੇ ਨਾਲ ਮੈਂ ਫਿਲਮ ਕਰ ਚੁੱਕੇ ਹਾਂ ਔਰ ਅੱਜ ਅਸੀਂ ਬੈਠ ਕੇ ਤੁਹਾਡੇ ਨਾਲ ਇਕੱਠੇ ਬੈਠੇ ਹਾਂ ਬੜੀ ਖੁਸ਼ੀ ਦੀ ਮੈਂ ਬਹੁਤ ਖੁਸ਼ ਹਾਂ ਅੱਜ ਬੜੀ ਮੈਂ ਇੰਨਾ ਖੁਸ਼ ਹਾਂ ਕਿ ਮੈਂ ਬਿਆਨ ਨਹੀਂ ਕਰ ਸਕਦਾ ਜਿੰਨੇ ਅਸੀਂ ਖੁਸ਼ ਹਾਂ ਔਰ ਅੱਛਾ ਖਾਨ ਸਾਹਿਬ ਜਾਂਦੇ ਵੇਲਾ ਮੁੱਕ ਗਿਆ ਜੇ ਪ੍ਰੋਗਰਾਮ ਦਾ ਸ਼ੋਅ ਦਾ ਅਤੇ ਮੈਂ ਜ਼ਰਾ ਸਨੀ ਸਾਹਿਬ ਦੀ ਗੱਲ ਕਰਾਂਗਾ ਕਿਉਂਕਿ ਇਹਨਾਂ ਨੇ ਬੜਾ ਛੋਟੀ ਉਮਰ ਦੇ ਵਿੱਚ ਬੜਾ ਮੁਸ਼ਕਿਲ ਵਜਾਇਆ ਹਾਂਜੀ ਔਰ ਕਲਾਸੀਕਲ ਵਜਾਉਣਾ ਕਿੱਥੋਂ ਸਿੱਖਿਆ ਮੇਰੇ ਉਸਤਾਦ ਜੀ ਉਸਤਾਦ ਜਿਮੀ ਖਾਨ ਉਸਤਾਦ ਜਿਮੀ ਜਿਮੀ ਖਾਨ ਉਹਨਾਂ ਦਾ ਨਾਮ ਉਹ ਮੇਰੇ ਨਾਲ ਕਰਦੇ ਆ ਕੰਮ ਅੱਛਾ ਉਹਨਾਂ ਕੋਲੋਂ ਸਿੱਖਿਆ ਕਿੰਨਾ ਅਰਸਾ ਲਗਾ ਆਪਕੋ ਸਿੱਖਨੇ ਮੇਂ ਮੈਂ ਤਕਰੀਬਨ 4 ਸਾਲ ਕਾ ਥਾ ਜਬ ਸੇ ਮੈਨੇ ਆਪਣੇ ਡੈਡੀ ਸੇ ਸ਼ੁਰੂ ਕੀਆ 4 ਸਾਲ ਤੋਂ ਤਬਲਾ ਔਰ ਉਸਕੇ ਬਾਅਦ 10 ਸਾਲ ਕਾ ਥਾ ਜਬ ਮੈਂ ਉਸਤਾਦ ਜਿਮੀ ਖਾਨ ਸਾਹਿਬ ਕੇ ਪਾਸ ਆਇਆ ਥਾ ਅੱਛਾ ਮਾਸ਼ਾਅੱਲਾ ਔਰ ਸ਼ੁਕਰ ਹੈ ਅੱਲਾ ਦਾ ਕਿ ਖੁਸ਼ ਹੋ ਆਪਣੇ ਕੰਮ ਤੋਂ ਠੀਕ ਹੈ ਮਾਸ਼ਾਅੱਲਾ ਪ੍ਰੋਫੈਸ਼ਨਲੀ ਮੈਂ ਇਹੀ ਕਰ ਰਹਾ ਹਾਂ ਇਹੀ ਕਰ ਰਹੇ ਹੋ ਅੱਛਾ ਖਾਨ ਸਾਹਿਬ ਆਪ ਆਪਣੇ ਕੰਮ ਜੋ ਅੱਜ ਤੱਕ ਆਪਨੇ ਕੀਆ ਉਸ ਸੇ ਮੁਤਮਈਨ ਹੈ ਬਿਲਕੁਲ ਕੋਈ ਖਾਇਸ਼ ਜਾਂ ਸਾ ਰਿਗਰੈਟ ਕੋਈ ਕੋਈ ਖਾਇਸ਼ ਕੋਈ ਦਿਲ ਵਿੱਚ ਹੋਵੇ ਕੋਈ ਨਹੀਂ ਕੋਈ ਅਸੀਂ ਬਸ ਇਹੀ ਹੈ ਕਿ ਮੁਝੇ ਇਤਨਾ ਕੰਮ ਕਰਨੇ ਕੇ ਬਾਵਜੂਦ ਹਾਂਜੀ ਮੁਝੇ ਅੱਜ ਤੱਕ ਸਦਾਰਤੀ ਅਵਾਰਡ ਨਹੀਂ ਮਿਲਾ ਜੇ ਪਹਿਲੇ ਵੀ ਜ਼ਿਕਰ ਹੋਇਆ ਸੀ ਕਿ ਤੁਹਾਨੂੰ ਸਦਾਰਤੀ ਅਵਾਰਡ ਨੋ ਪ੍ਰਾਈਡ ਆਫ ਪਰਫਾਰਮੈਂਸ ਹਲੇ ਤੱਕ ਨਹੀਂ ਹਲੇ ਤੱਕ ਨਹੀਂ ਮਿਲਿਆ ਤੇ ਔਰ ਮਿਲਣਾ ਚਾਹੀਦਾ ਮੇਰਾ ਹੱਕ ਬਣਦਾ 50 ਸਾਲ ਹੋ ਗਏ ਮੈਨੂੰ ਬਿਲਕੁਲ ਜੀ ਹੱਕ ਬਣਦਾ ਜੀ ਮੈਂ ਅਸੀਂ ਪਹਿਲੇ ਵੀ ਰਿਕੁਐਸਟ ਕੀਤੀ ਹੈ ਔਰ ਅਗਰ ਇਹ ਗੱਲ ਪਹੁੰਚ ਜਾਏ ਉੱਥੇ ਤੱਕ ਔਰ ਅਗਲੇ ਸਾਲ ਇਨਸ਼ਾਅੱਲਾ ਅਸੀਂ ਸੁਣੀਏ ਤੇ ਤੁਹਾਨੂੰ ਵੀ ਅੱਲਾ ਤੁਹਾਨੂੰ ਜ਼ਿੰਦਗੀ ਦੇ ਸੇ ਦੋ ਸਾਜ਼ ਹੈ ਬਿਲਕੁਲ ਯੂਨੀਕ ਕਿਸਮ ਕੇ ਤੋਂ ਉਹਨਾਂ ਕੋ ਅਭੀ ਤੱਕ ਜ਼ਿੰਦਾ ਰੱਖਾ ਹੋਇਆ ਹੈ ਨੇ ਸਦਾਰਤੀ ਅਵਾਰਡ ਮਿਲਣਾ ਚਾਹੀਦਾ ਤੇ ਤੁਹਾਡੇ ਨਾਲ ਦੇ ਬੰਦਿਆਂ ਨੂੰ ਮਿਲ ਗਏ ਨੇ ਤੁਹਾਡੇ ਨਾਲ ਜਿਹੜੇ ਮੇਰੇ ਕੋਲੋਂ ਸਿੱਖ ਕੇ ਬਣੇ ਨੇ ਉਹਨਾਂ ਨੂੰ ਮਿਲ ਗਏ ਉਹਨਾਂ ਨੂੰ ਮਿਲ ਗਏ ਉਹਨਾਂ ਲੋਕਾਂ ਨੂੰ ਯਾ ਖਾਨ ਸਾਹਿਬ ਤੋਂ ਸਿੱਖੇ ਨੇ ਜੀ ਉਹਨਾਂ ਨੂੰ ਮਿਲ ਗਏ ਨੇ ਔਰ ਖਾਨ ਸਾਹਿਬ ਨੂੰ ਨਹੀਂ ਮਿਲਿਆ ਔਰ ਮੇਰਾ ਖਿਆਲ ਹੈ ਕਿ ਹੱਕ ਬਣਦਾ ਔਰ ਜ਼ਿੰਦਗੀ ਦੇ ਵਿੱਚ ਹੀ ਅਗਰ ਪਜ਼ੀਰਾਈ ਹੋ ਜਾਏ ਨਾ ਤੇ ਉਹਦੀ ਖੁਸ਼ੀ ਬੜੀ ਹੁੰਦੀ ਹੈ ਔਰ ਅੱਲਾ ਤੁਹਾਨੂੰ ਜ਼ਿੰਦਗੀ ਦੇਵੇ ਖਾਨ ਸਾਹਿਬ ਔਰ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਤੁਹਾਡੀਆਂ ਵੀ ਸਾਨੂੰ ਦੁਆਵਾਂ ਮੈਂ ਆਪਕੇ ਲਈ ਰੋਜ਼ਾਨਾ ਦੁਆਏ ਕਰਤਾ ਹੂੰ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਅੱਛਾ ਚਲਦੇ ਚਲਦੇ ਇੱਕ ਮਿਊਜ਼ਿਕ ਸੁਣੇਗੇ ਹਸਤੇ ਵਸਦੇ ਰਹੋ ਜਾਂਦੇ ਜਾਂਦੇ ਹਲਕਾ ਜਿਹਾ ਸੁਣ ਲੈਨੇ ਆ ਔਰ ਪ੍ਰਵੇਸ਼ ਖਾਨ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਸਰ ਔਰ ਯਕੀਨ ਕਰੋ ਖਾਨ ਸਾਹਿਬ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਮਤਲਬ ਕਿ ਆਪਣਾ ਚੈਨਲ ਜਿਹੜਾ ਉਹਦੇ ਵਿੱਚੋਂ ਬੈਠਾ ਇਹ ਸਭ ਲੋਕਾਂ ਦੀ ਬੜੀ ਮਿਹਰਬਾਨੀ ਕਿ ਹਮੇ ਇਹ ਆਪਣਾ ਬੜਾ ਹਾਂ ਬਿਲਕੁਲ ਆਪਣਾ ਜਿਹੜਾ ਆਂਦਾ ਆਪਣਾ ਹੋ ਜਾਂਦਾ ਔਰ ਅਸੀਂ ਵੀ ਉਹਨੂੰ ਇੰਜ ਹੀ ਅਸੀਂ ਤੁਹਾਨੂੰ ਬਹਾਨੇ ਲੱਗੇ ਨਾ ਨਾ ਇਸੇ ਤਰ੍ਹਾਂ ਚੈਨਲ ਵੀ ਸਾਡਾ ਆਪਣਾ ਤੇ ਅਸੀਂ ਵੀ ਇਹ ਲੋਕ ਸਭ ਆਪਣੇ ਅਸੀਂ ਤੁਹਾਡੇ ਆਪਣੇ ਤੁਸੀਂ ਸਾਡੇ ਆਪਣੇ ਨਜ਼ਰ ਆ ਅੱਛੇ ਲੋਕ ਮੇਰੀ ਸਾਰੀ ਟੀਮ ਬੈਠੀ ਹੈ ਬਹੁਤ ਟੀਮ ਅੱਛੀ ਟੀਮ ਬੜੇ ਖਾਸ ਹੋਰ ਬੰਦੇ ਵੀ ਸਾਡੇ ਮੇਰੇ ਸਵੇਰੇ ਆਏ ਸਾਰੇ ਬੜੀ ਐਮਰਜੈਂਸੀ ਪਰਸੋਂ ਮੈਂ ਸਵੇਰ ਲਾ ਕੇ ਚੈਨਲ ਦੇਖ ਰਿਹਾ ਸੀ ਤਾਂ ਮੈਂ ਆਪਣੀ ਵਾਲਦਨ ਨੂੰ ਕਿਹਾ ਮੈਂ ਕਿਹਾ ਮੈਂ ਪਰਸੋਂ ਮੈਂ ਤੇ ਅਬੂ ਇਹ ਚੈਨਲ 'ਚ ਬੈਠੇ ਹੋਵਾਂਗੇ ਦੇਖੋ ਅੱਜ ਯਕੀਨ ਕਰ ਦੋ ਦਿਨ ਹਲੇ ਮੈਨੂੰ ਕੋਈ ਕਿਸੇ ਨਾਲ ਮੇਰੀ ਮੁਲਾਕਾਤ ਦੇਖ ਰਹੇ ਹੋਣੇ ਨੇ ਜੇਕਰ ਮੈਂ ਕੱਲ ਰਾਬਤਾ ਕੀਤਾ ਦੋਸਤਾਂ ਦੇ ਨਾਲ ਉਹਨਾਂ ਨੇ ਮਿਲਾਇਆ ਸਾਡੇ ਮੈਂ ਦੱਸ ਰਿਹਾ ਸੀ ਦੋ ਹੋਰ ਸ਼ਖਸੀਅਤ ਬੈਠੇ ਨੇ ਸਾਡੇ ਹਾਰਿਸ ਭਾਈ ਜਿਨ੍ਹਾਂ ਨੇ ਪ੍ਰੋਗਰਾਮ ਸਟਾਰਟ ਕੀਤਾ ਸੀ ਸਾਡੇ ਡਾਇਰੈਕਟਰ ਅੱਜ ਉਹ ਵੀ ਬੈਠੇ ਨੇ ਉਹਨਾਂ ਦੇ ਵਾਲਦ ਸਾਹਿਬ ਵੀ ਬੈਠੇ ਨੇ ਹਮੇ ਉਂਗਲੀ ਪਕੜ ਕੇ ਯਹਾਂ ਪੇ ਚਲਣਾ ਸਿਖਾਇਆ ਥਾ ਅੱਜ ਉਹ ਵੀ ਮਾਸ਼ਾਅੱਲਾ ਸਾਡੇ ਨਾਲ ਕੈਮਰੇ ਦੇ ਪਿੱਛੇ ਬੈਠੇ ਨੇ ਜੀ ਔਰ ਸਾਰੀ ਟੀਮ ਸਾਡੀ ਆਪਣੀ ਹੈ ਜੀ ਅਸੀਂ ਤੁਹਾਡੇ ਆਪਣੇ ਹਾਂ ਤੁਸੀਂ ਸਾਡੇ ਪੂਰਾ ਪਾਕਿਸਤਾਨ ਸਾਡਾ ਬਿਲਕੁਲ ਜੀ ਬਿਲਕੁਲ ਜੀ ਇਸ ਸ਼ੋਅ ਦੇ ਬਾਰੇ ਜ਼ਰੂਰ ਫੀਡਬੈਕ ਦੇਣਾ ਔਰ ਮੈਸੇਜਸ ਭੇਜਦੇ ਰਹੀਏਗਾ ਤਾਂ ਕਿ ਹਮੇ ਪਤਾ ਚਲੇ ਕਿ ਹਮ ਕੈਸਾ ਪ੍ਰੋਗਰਾਮ ਕਰ ਰਹੇ ਹੈ ਔਰ ਕੈਸੇ ਗੈਸਟ